जस पंजाबी देखते हुए सारे दर्शकों को मेरे वालों प्यार भरी सत श्री अकाल। स्वागत प्रोग्राम अज का मुद्दा दे विच मैं तुहाडी होस्ट आशमिता। सारियां अज के इस बहुत ही स्पैशल प्रोग्राम दे विच मैं स्वागत करती हाँ। मैनू दिलों खुशी हो रही है ये प्रोग्राम तुहाडे नाल पेश करते हुए। एंड आई नो कि मैं हर रात कहनी कि यह स्पैशल प्रोग्राम है कि मैं तुहाडे लई एक बहुत ही खास गैसट लैके आई हाँ, बट अज आई मीन इट इवन मोर बिकॉज अज के प्रोग्राम दे विच मैं ना कि सिर्फ तुहानू जानकारी देवांगी बट मैं तुहाडे तो कुछ मंगांगी, अपने लिए नहीं, ना किसी होर किसी इंडिविजुअल लई, ना किसी बिजनेस लई, बट उन्हां लई जिन्हां लई कोई ना कुछ करदा है ना कदी कोई कुछ मंगदा है। जदों लोड़मंद की गल आती है आपां बच्चियां दी गल करदे हां या आपां अपनी कम्यूनिटी की गल करदे हां, अपने परिवार की गल करदे हां कि उन्हां नूं किस तरह सपोर्ट करना है, दैट्स वेरी गुड, बट उन्हां दी कौन सपोर्ट करदा है जिन्हां दा ना कोई परिवार, ना कोई बच्चे, ना कोई अब्रॉड बैठिया होया रिश्तेदार जो उन्हां नूं पैसे सेंड कर सके, ना उन्हां दे कोल होशो आवाज़। उन्हां दी सपोर्ट दे विच अज ये प्रोग्राम मैं तुहाडे नाल लैके हाज़र हुई हाँ। तो सानू इस विषय ते इस मुद्दे ते साडे नाल डिस्कशन करन लई ते अपनी मैं कहांगी अपनी सेवा अपने काम नू साडे नाल शेयर करन लई सानू जॉइन कर रहे हैं साडे गैसट फॉर द ईवनिंग। प्लीज जॉइन मी इन वेलकमिंग सरदार शमशेर सिंह जी फ्रॉम पंजाब जो कि प्रभ आसरा संस्था दे हैड हन। सब तो पहले शमशेर सिंह जी ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ, ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸ਼ਮਸ਼ੇਰ ਸਿੰਘ ਜੀ, ਇਟਸ ਸੋ ਗੁੱਡ ਟੂ ਹੈਵ ਯੂ। ਪ੍ਰਭ ਆਸਰਾ ਸੰਸਥਾ ਦੇ ਨਾਲ ਸਾਡੇ ਵਿਊਅਰਸ ਕਾਫੀ ਦੇਰ ਤੋਂ ਵਾਕਿਫ ਹਨ, ਬਟ ਫਿਰ ਵੀ ਟਾਈਮ ਟਾਈਮ 'ਤੇ ਸਾਨੂੰ ਉਹਨਾਂ ਨੂੰ ਯਾਦ ਦਿਲਾਉਣਾ ਪੈਂਦਾ ਕਿ ਤੁਸੀਂ ਕੀ ਕੰਮ ਕਰ ਰਹੇ ਹੋ। ਐਂਡ ਜਦੋਂ ਅੱਜ ਦੀ ਡੇਟ ਦੇ ਵਿੱਚ ਸਾਡੀ ਕਮਿਊਨਿਟੀ ਸਾਡੇ ਵਿਊਅਰਸ ਦੀ ਤਾਂ ਮੈਂ ਕੀ ਕਹਾਂਗੀ, ਪੂਰੀ ਦੁਨੀਆ ਦੀ ਨਜ਼ਰ ਇੰਡੀਆ 'ਤੇ ਟਿਕੀ ਹੋਈ ਹੈ, ਭਾਵੇਂ ਉਹ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਕਿਸਾਨ ਮੋਰਚੇ ਨੂੰ ਲੈ ਕੇ ਸੀ ਜਾਂ ਅੱਜ ਜਿਸ ਤਰ੍ਹਾਂ ਕੋਵਿਡ ਪੂਰੇ ਕੰਟਰੀ ਨੂੰ ਕੀ ਹਾਲਾਤ ਬਣਾਤੇ ਹੈ ਸਾਡੇ ਇੰਡੀਆ ਦੇ। ਤੁਹਾਡਾ ਕੰਮ ਤਾਂ ਸ਼ੁਰੂ ਤੋਂ ਹੀ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਏ ਸੀ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਐਂਡ ਜਿਨ੍ਹਾਂ ਦੇ ਹੋਸ਼ੋ ਆਵਾਜ਼ ਨਹੀਂ ਹੈਗੇ ਅਤੇ ਉਹ ਆਪਣਾ ਵੀ ਨਹੀਂ ਕੁਛ ਕਰ ਸਕਦੇ। ਸਭ ਤੋਂ ਪਹਿਲੇ ਸ਼ਮਸ਼ੇਰ ਸਿੰਘ ਜੀ, ਜਿਨ੍ਹਾਂ ਨੂੰ ਨਹੀਂ ਪਤਾ ਪ੍ਰਭ ਆਸਰਾ ਸੰਸਥਾ ਬਾਰੇ, ਥੋੜ੍ਹੀ ਜਿਹੀ ਸਾਨੂੰ ਤੁਸੀਂ ਇੰਟਰੋਡਕਸ਼ਨ ਦਿਵੋ ਕਿ ਇਹ ਔਰਗਨਾਈਜੇਸ਼ਨ ਕੀ ਕੰਮ ਕਰਦੀ ਹੈ, ਕੀ ਕੰਮ ਕਰਦੀ ਆਈ ਹੈ ਅਤੇ ਅੱਜ ਦੀ ਡੇਟ ਦੇ ਵਿੱਚ ਕੀ ਤੁਹਾਡੇ ਨਵੇਂ ਪ੍ਰੋਜੈਕਟਸ ਜਾਂ ਕੀ ਤੁਹਾਡੇ ਕਰੰਟ ਪ੍ਰੋਜੈਕਟਸ ਚੱਲ ਰਹੇ ਹਨ। ਸਭ ਤੋਂ ਪਹਿਲਾਂ ਤਾਂ ਜੀ ਮੈਂ ਜਸ ਪੰਜਾਬੀ ਜੀ ਤੁਹਾਨੂੰ ਖਾਸ ਕਰਕੇ ਤੁਹਾਡੀ ਮੈਨੇਜਮੈਂਟ ਸਾਰੀ ਤੁਹਾਡੀ ਟੀਮ ਨੂੰ ਪ੍ਰਭ ਆਸਰਾ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਕਰਦਾ ਹੈ, ਇਸ ਕਰਕੇ ਸਲਾਮ ਕਰਦਾ ਹੈ ਕਿਉਂਕਿ ਤੁਸੀਂ ਅੱਜ ਵਾਇਸਲੈਸ ਦੀ ਜਿਹੜੀ ਵਾਇਸ ਅੱਜ ਨਹੀਂ ਬਲਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਹਾਲਤ ਦਾ ਇਜ਼ਹਾਰ ਕਰਦੇ ਆਏ ਹੋ ਜਿਸ ਦਾ ਸਦਕਾ ਉਹ ਨਾਗਰਿਕ ਸਾਡੇ ਸਮਾਜ ਦੇ ਸਾਡੇ ਦੇਸ਼ ਦੇ ਸਾਡੇ ਫੈਲੋ ਬੀਂਗ ਜਿਨ੍ਹਾਂ ਦੇ ਕੁਛ ਕਾਰਨਾਂ ਕਰਕੇ ਨਾ ਤਾਂ ਉਹਨਾਂ ਕੋਲ ਫਿਰ ਏਬਲ ਬੋਡੀ ਰਹੀ ਹੈ ਅਤੇ ਨਾ ਸਿਰ 'ਤੇ ਛੱਤ ਰਹੀ ਹੈ ਅਤੇ ਫਿਰ ਇਸ ਤਰ੍ਹਾਂ ਕੁਛ ਸਟ੍ਰੈਸ ਕਰਕੇ ਕਹਿ ਲਓ ਕੁਛ ਮਾਨਸਿਕ ਰੋਗਾਂ ਤੋਂ ਪੀੜਿਤ ਹੋ ਗਏ, ਡਿਪਰੈਸ਼ਨ ਚਲੇ ਗਏ, ਕੋਈ ਡਮੈਂਸ਼ੀਆ ਕਰਕੇ, ਕੋਈ ਇੰਟਲੈਕਚੁਅਲ ਪ੍ਰੋਬਲਮਸ ਕਰਕੇ, ਕੋਈ ਇਨਜਸਟਿਸ ਕਰਕੇ, ਕੋਈ ਟੋਰਚਰ ਕਰਕੇ, ਕਈ ਆਪਣਿਆਂ ਦੇ ਹੁੰਦੇ ਹੀ ਆਪਣੇ ਹੀ ਦੇਸ਼ ਦੇ ਵਿੱਚ ਕਹਿ ਲਓ ਵੀ ਪਰਿਵਾਰ ਦੇ ਹੁੰਦੇ ਵੀ ਅਤੇ ਸਮਾਜ ਦੇ ਹੁੰਦੇ ਵੀ ਅਤੇ ਸਰਕਾਰ ਦੇ ਹੁੰਦੇ ਵੀ ਬੇਬਸ ਅਤੇ ਲਾਚਾਰ ਹੋ ਗਏ, ਜਿਨ੍ਹਾਂ ਨੂੰ ਹੁਣ ਇਲਾਜ ਦਾ, ਸੰਭਾਲ ਦਾ, ਰੀਹੈਬਲੀਟੇਸ਼ਨ ਦਾ, ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ, ਉਹਨਾਂ ਨੂੰ ਇਹ ਮੌਕਾ ਮਿਲ ਸਕੇ ਅਤੇ ਤਾਂ ਕਿ ਉਹ ਵੀ ਠੀਕ ਹੋ ਕੇ ਥੋੜ੍ਹੀ ਜਿਹੀ ਲਿਟਲ ਹਿਊਮਨ ਟੱਚ ਦੇ ਨਾਲ ਠੀਕ ਹੋ ਕੇ ਦੁਬਾਰੇ ਫਿਰ ਬੜੀ ਰਿਸਪੈਕਟਫੁੱਲ ਲਾਈਫ ਜੀਣ ਦੇ ਕੈਪੇਬਲ ਬਣ ਜਾਂਦੇ ਹੈ। ਬੜੀਆਂ ਪਿਛਲੀਆਂ ਜੋ ਵੀ ਸਰੋਤੇ ਸਾਡੇ ਇਸ ਵੇਲੇ ਜਿਨ੍ਹਾਂ ਤੱਕ ਵੀ ਤੁਹਾਡੇ ਥਰੂ ਆਵਾਜ਼ ਪਹੁੰਚ ਰਹੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਸੈਂਕੜੇ ਹੀ ਨਾਗਰਿਕ, ਸੈਂਕੜੇ ਮੀਨ ਲਗਭਗ 1300 ਪਲੱਸ ਨਾਗਰਿਕ ਹੈਗੇ ਹੈ ਜਿਨ੍ਹਾਂ ਨੂੰ ਦੁਬਾਰੇ ਠੀਕ ਹੋਣ ਦਾ, ਇੰਪਰੂਵ ਹੋਣ ਦਾ ਮੌਕਾ ਮਿਲਿਆ ਅਤੇ ਜਿਹੜੇ ਕਿ ਹੁਣ ਦੂਜਿਆਂ ਨੂੰ ਸੰਭਾਲਣ ਦੇ ਕੈਪੇਬਲ ਬਣ ਗਏ ਆਪਣੇ ਘਰਾਂ ਦੇ ਵਿੱਚ, ਆਪਣੀਆਂ ਕੋਠੀਆਂ ਦੇ ਵਿੱਚ ਅੱਜ ਫਿਰ ਨੋਰਮਲ ਲਾਈਫ ਜੀਣ ਦੇ ਕੈਪੇਬਲ ਬਣ ਗਏ, ਜਿਨ੍ਹਾਂ ਦੇ ਲਈ ਦਿਨ ਰਾਤ ਅਸੀਂ ਕੋਸ਼ਿਸ਼ ਕਰਦੇ ਹਾਂ ਪਰਮਾਤਮਾ ਦਾ ਓਟ ਆਸਰਾ ਤੱਕ। ਦੂਸਰੀ ਗੱਲ ਮੈਂ ਇਹ ਵੀ ਨਾਲ ਦੀ ਨਾਲ ਕਲੀਅਰ ਕਰਨਾ ਚਾਹੁੰਦਾ ਵੀ ਇਹ ਅਸੀਂ ਬੇਬਸ ਤੇ ਲਾਚਾਰ ਹੋ ਗਏ ਹਾਂ, ਅਸੀਂ ਹੈਂਡੀਕੈਪਟ ਹੋ ਗਏ ਹਾਂ, ਅਸੀਂ ਮਾਨਸਿਕ ਰੋਗੀ ਹੋ ਗਏ ਹਾਂ, ਜਿਸ ਕਰਕੇ ਸਾਡੇ ਸਾਹਮਣੇ ਅੱਜ ਸਾਡੇ ਬੱਚੇ, ਸਾਡੇ ਸਾਹਮਣੇ ਸਾਡੇ ਅੱਜ ਬਜ਼ੁਰਗ,
या वो साडे समाज के नागरिक जेडे कुछ स्ट्रेस करके डिप्रेशन चले जाने हैं, वो कोई भी हो बच्चे तो लैके बजुर्ग तक उन्होंने सहारे की लोड़ होंगी है। सानू भी बचपन सहारे की लोड़ सी, जो बजुर्ग होवांगे सानू भी सहारे की लोड़ है। जिस वेले इंसान के सामने इंसान रुल रहा हो उस समय की लोड़ होंगी है, ते पर जेकर वह रुल जाए इंसान के सामने जिसके सामने रुल रहा हैंडीकैप तो वह है, लाचार तो वह है, मानसिक रोगी तो वह है। इस करके मैं बड़ी फिलोसफी गुरु नानक पातशाह कहें बिन नावे जग कमला फिरे, कहते कमला तो जग है, कमले वह नहीं है जो स्ट्रैस करके हालात ने कुछ ऐसे लाइक उन्होंने फोर्स कर दिता जी कि वह डिप्रैशन चले गए, वो कमले नहीं। कमले वह है जिन्होंने उन्होंने प्रॉब्लम्स नहीं समझिया, उस डिजीज नहीं समझिया भी कमले वह लोग हैं जिन्होंने बजुर्गों को नहीं संभालिया, कमले वह लोग हैं जिन्होंने अपने सामने रुल रहे बच्चों के प्रति अपना फर्ज नहीं निभाया, अपने अंदरला इंसान जिहड़ा सी उन्होंने अंदरों बोल बोल के इन्ना कमजोर हो गया जिन्होंने कहा उन्होंने आत्मघाती है जगत कसाई। हुण लाइक जिहड़ी अंदरों आवाज आ रही है साडा अंदरला इंसान इन्ना मर गया कि हुण साडे इंसान होने पर भी क्वेश्चन मार्क लग गया, वो बेवास्ते लाचार नहीं होए, असी बेवास्ते लाचार हो गए क्योंकि साडे कोल एबल बॉडी है। असी फील करते हैं कि साडे कोल एबल बॉडी है पर बजुर्गों के कोल उस वेले इन्ने एबल नहीं है कि वह अपनी संभाल आप कर सकन। इस सृष्टि की संसार की वर्ल्ड की मर्यादा बनाई हुई है कि उन्होंने जिंदगी इस हालात में इस समय सहारे की लड़ होंगी है, तो लाचार से कमजोर तो हैंडीकैप वो है जिसे को सहारा होंगे हुए भी एबल बॉडी होंगे हुए भी सहारा ना दे सके। मैं बड़ा स्ट्रोंगली फील करता कि असी अपने लिए कर रहे हैं अपना जो साडा एक फर्ज है, साडे कोल तो उत्थे जिहड़ियां लेडीज़ नूं पागल कह के दाखिल करवा के जाने हैं ना, तो प्रशासन जो ये शब्द लिखता, कल भी बड़ी चर्चा हुई इस उत्ते, साडे सैकैट्रिस्ट हैं साडे कोल तीन सैकैट्रिस्ट एम डी सैकैटरी डॉक्टर जिहड़े हुण सानूं बल्कि इन्हां च पहलां दो सी हुण कल एक होर सी, नवीं दी सर्विसिज़ जिहड़ियां हैगियां उन्हां लई उन्हां नूं हफ्ते विच छे दिन असी उत्थे रेगुलर जिहड़ी ओपीडी दे विच बिठा लैण दा जिहड़ा कल शुरुआत कीती हैगी है, फैसला लिया हैगा कि साडे देश दा नागरिक हुण स्ट्रे माहौल दे कारण स्ट्रैस विच होर ज्यादा डिप्रैशन वालों होर ज्यादा वध रहा, बिल्कुल कि उसनों इस वेले सपोर्ट की लोड़ हैगी है। पर जिस वेले प्रशासन जिस वेले साडे कोल लैके आउंदा पागल कह के जिन्हों पागल कहता तो सानू बड़ा उस वेले महसूस होंदा भी असी अपना पागलपन भुल गए हैगे हैं, तो इस डिजीज़ नूं जिहड़ी कि बड़ी क्योरेबल हैगी है जिवें फिजिकल डिजीज होंदी आ इदां ही मैंटल हैल्थ नाल संबंधित एक लाइक डिजीज़ है जिहड़ी कि बड़ी क्योरेबल है बड़ी लिटल ह्यूमन टच दे नाल, ते थोड़ा जिहा इनवायरमेंट जिहड़ा हैगा इहनूं हील कर दिंदा है। प्यार दी लोड़ है, उहनूं प्यार घट मिलिया, उहनां दे प्रति फर्ज घट निभाए गए, उहनां नूं समझिया घट गया है। अगर उहनां नूं समझ के असीं अपना फर्ज निभा दईए इंसान होण दा ते उह बड़ी जल्दी हील हो जांदे है। ते उह औरत गा रही सी, मैं विचों लंघ रिहा सी, बड़ी मस्ती च गा रही सी, कहिंदी जीण लई तां दुनिया ते पशु पंछी भी जीउंदे ने पर जो किसी लोड़वंद लई जीउंदे उह इंसान कहाउंदे ने। कहिंदे अपना पेट भर के कोई भी पंछी भुखा नहीं सौंदा, पंछी अपने बच्चों नूं भी उन्हां दा भी पेट भरदे आ, उह भी भुखे नहीं सौंदे, बहुत वधिया पेट भर के ही सौंदे आ, दरख्त कटते आ पर फिर भी बड़ा वधिया वह अपना रहने का इंतजाम कर लेंगे हैं जी। कहिंदे अपना पेट भर के ते अपने बच्चों का पेट भर के ते पशु पंछी भी सौंदे ने, जो भुखियां दे मूंह विच पाउंदे वह इंसान कहाउंदे ने। बड़ा लम्मा गा रहे सी, मैं उत्थे बैठ गया, कहिंदे अपने दुखां ते तां पशु पंछी भी कुरलाउंदे ने पर जो दुखियां दा दुख मंडाउंदे वह इंसान कहाउंदे ने। बोला इदां वह गा रही सी, मैं समझ रहा सी, मैं कहा भी जिन्हों संसार पागल कह रहा इस वेले, जिसनों साडा प्रशासन इस वेले पागल कह के साडे कोल रिटन दे विच दे रहा, ते उहदे अंदर दा इंसान बोल रहा है भी ये संसार दे लोगो भी समझो तुसीं भी तुसीं उहनां पंछियां नालों किवें चंगे हो सकदे हैं जिन्हां दी दुनिया दे विच उहनां दा अपना पेट भरना अपने रहण लई इंतजाम करना ते अपने बच्चियां नूं पालण दे सारे फर्ज निभाए जांदे हैं भी उहनां नालों आपां किवें चंगे हो गए जेकर सानूं उस मालक ने बलहारी कुदरत वसिया जेकर उहने सानूं एबल बॉडी दित्ती है इन्ना पावरफुल ब्रेन दिता है फिर जिहड़ा इह बैलेंस इन्ना बिगड़ चुक्या है समाज का भी जे उहनूं बनाउण दे विच कॉन्ट्रीब्यूट नहीं कर सके योगदान नहीं पा सके ते फिर इंसान होने दे साडे की मायने रह गए हैं। नहीं बिल्कुल, इस करके कोशिश कर रहे हैं जी, साडे कोशिश कर रहे हैं भी साडे देश दे इह नागरिक इन्हां लई साडे कोल उत्थे जिवें तकरीबन कोई दिन है कि जिहदे नहीं बहुत सारियां कॉल्स आ रहियां
और नागरिक दाखिल हो रहे हैं। हुण जे पिछले हफ्ते की भी गल करिए जी, तो एक बजुर्ग नूं जदों साडे कोल सुणिया होणा साहिबजादा अजीत सिंह नगर जी नूं मोहाली दे नां नाल भी जाणिया जांदा, तो उस दे विचों साडे कोल दे बजुर्ग नूं उसदे लाइक अजीत जिहड़े कमरे चों पए सी उन्होंने PhD की हुई सी पर उन्हां नूं संभालण वाला कोई नहीं सी, जीवन साथी चले गए, उन्हां दे दो बच्चे सी, बच्चे दी जिहड़ा बेटा सी उहदी भी शादी नहीं सी हुई, डैथ पहलां ही हो गई, लड़की दी भी डैथ हो गई सी, संभालण वाला कोई नहीं सी, पर जिंदगी दे अखीरले समें च हुण शरीर भी जवाब दे गया सी, उन्हां दे गवांढियां नूं तरस आउंदा सी, उन्हां नूं खाणा पीणा दे जांदे सी, पर उन्हां संभाल दी बहुत लोड़ सी क्योंकि ना तो आप टॉयलेट तक जा सकता सी, ना अपना इशनान कर सकता सी, पर उन्हां जदों ज्यादा हालत बिगड़ी वह होस्पिटल लैके गए तो उत्थे नहीं रिसीव किया गया। बड़े दुख की गल है, साडा देश है, मैं अपने देश नूं नीवा दिखाउण दी नहीं गल कर रहा, पर हकीकत और इसला जिहड़ी असलीयत हैगी है ना भी तख्त दे ताज लई तां लड़ाइयां बहुत हो रही, पर एक बेहतर समाज लई जिहड़ी गल करनी चाहीदी सी नागरिक की समस्या लई, ऐसी दुख की घड़ी च, ऐसी लोड़ की घड़ी च जिथे साडियां सेहत सेवावां लई उन्होंने साडे हैल्थ डिपार्टमेंट ने दरवाजे होर खोलने सी कि वायरस ने जेकर अटैक कर ही दिता कोई गल नहीं, अटैक तो होंदे ही रहिंदे, जे लाइफ है उहदे अटैक तो होने ही है, पहला भी होंदे आ अटैक तो हुण भी होने है, पर उस अटैक नालों साडे च समर्था बहुत ज्यादा है, सानूं बहुत पावरफुल बनाया, होर इन्ना ऑर्गेनिज्म बनाए हैं उस मालिक ने, पर ह्यूमन तो वड्डा शक्तिशाली कोई नहीं है, पर शर्त है कि साडे अंदरला इंसान कमजोर ना हो जाए, साडे अंदरली इंसानियत ना मर जाए, जे वह मर गई फिर असी सब तो कमजोर हैं, अदरवाइज असी सब तो स्ट्रोंग हैं, उसने सानूं अपने मूल चों घड़िया, परमात्मा ने आत्मा जिहड़ी हैगी है अपने मूल स्वरूप दे विचों इन्नी पावरफुल घड़ी है जिहड़ी कि बड़ी डायनेमिक फॉर्म दे विच है, इहदी पावर दा कोई अंदाजा नहीं हैगा किन्नी कु पावर है, पर शर्त है कि साडे अंदरली आवाज, साडे अंदरला इंसान जिंदा रहना चाहीदा है, बिल्कुल सानू कोई भी हरा नहीं सकदा, शमशेर सानू कोई भी कमजोर नहीं कर सकदा, असीं कोशिश कर रहे हैं जी, नहीं आई एम तुसी यू नो इन्नी ज़्यादा चीज़ा इन्नी इंपॉर्टेंट चीज़ा ते तुसी पॉइंट्स टच किए जो रेगुलर लोगों की कन्वरसेशन आ ही नहीं रहे अजकल, मैं तो कहूँगी नॉर्मल तौर पर भी नहीं आते, बट खास करके एक पॉइंट तुसी बहुत इंपॉर्टेंट इतने कह जिसे मैं फोकस करना चाहवागी, जो ये बीमारियाँ हैं दे आर ट्रीटेबल, ये जिस तरह कोई फिजिकल शरीर नूं रोग हुंदा है उस तरह मानसिक बीमारियां भी अज दा मॉडर्न साइंस हर एक चीज़ दा हल लब के उस चीज़ नू क्योर नहीं तो ट्रीट तो कर सकती है, एंड तुसी ये ट्रीटमेंट प्रोवाइड कर रहे हो, आई एम सो ग्लैड, इहदे बारे मैं होर जानकारी तुहाडे तो पुछना चाहवागी, बट इत्थे एक छोटी जी ब्रेक लई सानू रुकना पै रहा है, व्यूअर्स नू मैं दसना चाहुंदी हाँ प्रोग्राम बिल्कुल लाइव तुहाडे नाल पेश कर रहे हैं, तो शमशेर सिंह जी तड़के देखो इंडिया साडे नाल जुड़े हैं ताकि वह तुहाडे नाल गल कर सकन, तुसी जरूर कॉल करके शो दे विच शो का हिस्सा बनो, कोई अपने सवाल क्वेश्चंस कमेंट्स रखने तुसी रख सकते हो, इत्थे एक छोटी जी ब्रेक लई रुकदे आं, मिलदे आं ब्रेक तो उस बाद, ब्रेक तो बाद साहिदा स्वागत, तुसी वेख रहे हो प्रोग्राम अज दा मुद्दा, ते अज गल हो रही है दसवंद दी, तुसी किस तरह अपनी सपोर्ट पा सकते हो उना दी सपोर्ट दे विच जिन्हां दा कोई नहीं हैगा, उना नू सोसाइटी तक नहीं एग्नोलेज करदी, रैकगनाइज करदी, उना नू छड दिंदी है, बट अज साडी गल हो रही है संस्था दे नाल जो उना दी सपोर्ट करदी है, उना दी नीड्स दी टेक केयर करदी है जिन्हां दा कोई होर नहीं कर रहा अज दी डेट दे विच। एक बारी फिर मैं स्वागत करना चाहवांगी शमशेर सिंह जी, प्रभ आसरा संस्था दे हेड, एक बारी फिर तुहाडा प्रोग्राम दे विच स्वागत शमशेर जी, तुसी सानू थोड़ा जिहा दस रहे सी कि की फिलोसफी है एक तां प्रभ आसरा संस्था दी, बट मोर इंपॉर्टेंटली जो कम तुसी कर रहे हो वो मतलब यू नो सानू कहना तो नहीं चाहिए कि इस कम की लोड़ होनी नहीं चाहिए, अगर इंसान दे विच इंसानियत हैगी तो इस कम की लोड़ पैनी नहीं चाहिए, बट फिर भी तुहाडे कोल किन्ने इदा दे इंडिविजुअल्स आते हैं नागरिक आते हैं जिन्हां नूं उन्हां दे परिवार तक छड्ड दिंदे हैं, तुसी उन्हां दी देखभाल करदे हो, उन्हां नूं रीहैबिलिटेट करदे हो ताकि वो वापस सोसाइटी का एक हिस्सा बन सकन, होरां दी हेल्प कर सकन। शमशेर सिंह जी कुछ कॉलर साडे नाल जुड़ चुके हैं, पहले उन्हां दी सुन लैंदे हां। सत श्री अकाल, तुसी ऑन एयर हो। सत श्री अकाल
ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋ, ਪ੍ਰਭ ਆਸਰਾ ਦੇ ਨਾਲ ਗੱਲ ਹੋ ਰਹੀ ਹੈ, ਵੁੱਡ ਯੂ ਲਾਈਕ ਟੂ ਸੇ? ਆਈ ਵੁੱਡ ਲਾਈਕ ਟੂ ਡੋਨੇਟ. Okay, the information is on the screen. The bank account and the contact numbers are also on the screen. This is an American bank account, and this is a 501c3 non-exempt. And I think Shimsher Singh ji, American bank account, divi apa maraja gal kar lange, why you have to do it like that. But would you like to announce an amount that you're donating? I would like to donate $100. Okay, thank you very much. That's going to go a long way. Appreciate your help. And once again, all the information is on the screen. Screen te likhi hui sari information. Main viewers nu bhi urge karangi ki tusi note kar lo. Shimsher Singh ji, I noticed tusi American bank account use kar rahe ho. Any special reason, anything jo tusi share karna chahoge sade viewers de naal? ਨੈਚੁਰਲੀ ਜੋ ਬਹੁਤ ਸਮਾਜ ਦਾ ਦਰਦ ਰੱਖਣ ਵਾਲੇ ਲੋਕ ਹੈ, ਇਨਸਾਨੀ ਦਾ, ਜਿਹਨਾਂ ਦੇ ਅੰਦਰ ਬੜੀ ਹਿਊਮੈਨਿਟੀ ਕਿ ਚਾਹੁੰਦੇ ਆ ਕਿ ਹਰ ਇੱਕ ਇਨਸਾਨ ਨੂੰ ਠੀਕ ਹੋਣ ਦਾ ਮੌਕਾ ਮਿਲਣਾ ਚਾਹੀਦਾ, ਉਹ 'ਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਤਾਂ ਬੜਾ ਈਜ਼ੀ ਹੈ. ਉੱਥੇ ਸੈਕਰਾਮੈਂਟੋ 'ਚ ਸਾਡੇ ਵਲੰਟੀਅਰ ਮੈਂਬਰ ਹੈਗੇ ਹੈ ਅਤੇ ਹੋਰ ਅਲੱਗ ਅਲੱਗ ਜਗ੍ਹਾ ਤੋਂ, ਅਤੇ ਉਹ ਇਹ ਸੈਕਰਾਮੈਂਟੋ ਦੇ ਵਿੱਚ ਅਕਾਊਂਟ ਜਿਹੜਾ ਉਹਨਾਂ ਮਤਲਬ ਪ੍ਰਭ ਆਸਰਾ ਦਾ ਅਕਾਊਂਟ ਖੋਲਿਆ ਗਿਆ ਉੱਥੇ, ਅਤੇ ਇਹਦੇ ਵਿੱਚ ਉੱਥੋਂ ਕੋਈ ਵੀ ਮੈਂਬਰ ਜਿਹੜਾ ਹੈਗਾ ਉਹ ਬੜੀ ਈਜ਼ੀਲੀ ਆਰਾਮ ਨਾਲ ਉੱਥੋਂ ਦੇ ਟ੍ਰਾਂਸਫਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਅਤੇ ਉੱਥੋਂ ਸਾਡੇ ਫਿਰ FCRA ਅਕਾਊਂਟ ਦੇ ਵਿੱਚ ਉੱਥੋਂ ACD ਸਾਰੀ ਸੇਵਾ ਹੈ ਉੱਥੇ ਟ੍ਰਾਂਸਫਰ ਹੋ ਜਾਂਦੀ ਹੈ, ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈ. ਅਤੇ ਜਿਸ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਅੱਜ ਚੱਲ ਰਿਹਾ, ਲੱਖਾਂ ਦਾ ਖਰਚਾ, ਡੇਲੀ ਦਾ ਲੱਖਾਂ ਦਾ ਖਰਚਾ ਜਿਹੜਾ ਹੈਗਾ ਜਿਸ ਦੇ ਨਾਲ ਬਹੁਤ ਸਾਰੀਆਂ ਜਨਾਂ ਨੂੰ ਲੀਵ ਮਿਲਦੀ, ਉਸ ਦੇ ਵਿੱਚ ਇਹ ਕੰਟਰੀਬਿਊਸ਼ਨ ਕਰਨ 'ਚ ਕੁਛ ਬਹੁਤ ਆਸਾਨ ਹੈਗਾ ਕਿ ਉੱਥੇ ਆਪਾਂ ਕੋਈ ਵੀ ਮੈਂਬਰ ਕਿਸੇ ਤਰੀਕੇ ਨਾਲ ਵੀ ਘਰ ਬੈਠੇ ਜਿਸ ਨੂੰ ਟ੍ਰਾਂਸਫਰ ਉੱਥੋਂ ਕਰ ਸਕਦਾ, ਅਤੇ ਉੱਥੇ ਸਾਡੇ ਵਲੰਟੀਅਰ ਮੈਂਬਰ ਜਿਹੜਾ ਅਮੈਰੀਕਾ ਦਾ ਨੰਬਰ ਆਪਾਂ ਦਿੱਤਾ ਹੋਇਆ ਹੈਗਾ, ਅਤੇ ਉਸ 'ਤੇ ਕੰਟੈਕਟ ਕਰਕੇ ਹੋਰ ਵੀ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਲੈ ਸਕਦੇ ਹਾਂ, ਅਤੇ ਆਪਣੇ ਮੇਰੇ ਨੰਬਰ ਵੀ ਚੱਲ ਰਹੇ ਹੈਗੇ. ਕਿਸੇ ਵੇਲੇ ਵੀ ਕੋਈ ਵੀ ਸਾਡਾ ਜਿਹੜਾ ਸੱਜਣ ਹੈ ਸਮਾਜ ਦਲ ਦੀ ਜਿਹੜਾ ਕੰਟਰੀਬਿਊਟ ਕਰਨਾ ਚਾਹੁੰਦਾ ਇਹਦੇ 'ਤੇ ਇਨਫੋਰਮੇਸ਼ਨ ਲੈ ਸਕਦਾ ਤਾਂ ਕਿ ਈਜ਼ੀਲੀ ਆਪਣਾ ਯੋਗਦਾਨ ਪਾ ਸਕੇ. ਇਸ ਲਈ ਇਹ ਅਮੈਰੀਕਾ ਦੇ ਵਿੱਚ ਪ੍ਰਭ ਆਸਰਾ ਦਾ ਅਕਾਊਂਟ ਖੋਲ੍ਹਿਆ ਗਿਆ. ਤੁਹਾਡੇ ਹੁਣ ਇਸ ਜੋ ਕਰੰਟ ਤੁਹਾਡਾ ਪ੍ਰੋਜੈਕਟ ਚੱਲ ਰਿਹਾ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਹਾਂ. ਜਿਸ ਤਰ੍ਹਾਂ ਸਕਰੀਨ 'ਤੇ ਵੀ ਆਪਾਂ ਵੇਖ ਰਹੇ ਸੀ, ਤੁਸੀਂ ਇੱਕ ਨਵੀਂ ਫੈਸਿਲਿਟੀ ਬਣਾ ਰਹੇ ਹੋ, ਉਹ ਖਾਸ ਕਰਕੇ ਅੱਜ ਦੀ ਡੇਟ ਦੇ ਵਿੱਚ ਜੋ ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡਾ ਚੈਲੇਂਜ ਪੂਰੇ ਇੰਡੀਆ ਨੂੰ ਅਫਲਿਕਟ ਕਰ ਰਿਹਾ, ਉਸ ਚੀਜ਼ ਨੂੰ ਤੁਸੀਂ ਇਸ ਮੈਂ ਕਹਾਂਗੀ ਤਰੀਕੇ ਨਾਲ ਟ੍ਰੀਟ ਕਰ ਰਹੇ ਹੋ ਤਾਂ ਕਿ ਜਿਨ੍ਹਾਂ ਦੀ ਟ੍ਰੀਟਮੈਂਟ ਜਾਂ ਰਿਕਵਰੀ ਹੋ ਰਹੀ ਹੈ ਉਹ ਦੂਜਿਆਂ ਤੱਕ ਇਹ ਚੀਜ਼ ਨਾ ਫੈਲਾਉਣ? ਕੋਵਿਡ ਨੂੰ ਲੈ ਕੇ ਤੁਸੀਂ ਕੀ ਨਵੀਂ ਡਿਵੈਲਪਮੈਂਟਸ ਕਰ ਰਹੇ ਹੋ? ਨੈਚੁਰਲੀ ਜਿਹੜੀ ਆਪਾਂ ਗੱਲ ਛੇੜੀ ਸੀ ਬਜ਼ੁਰਗ ਦੀ ਕਿ ਲਾਈਕ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਡਿਸਟ੍ਰਿਕਟ ਦੇ ਵਿੱਚੋਂ ਮੋਹਾਲੀ ਕਰਕੇ ਜਿਹੜਾ ਜਾਣਿਆ ਜਾਂਦਾ ਡਿਸਟ੍ਰਿਕਟ, ਉਸ ਦੇ ਵਿੱਚੋਂ ਜੋ ਬਜ਼ੁਰਗ ਦੀ ਮੈਂ ਗੱਲ ਕਰ ਰਿਹਾ ਸੀ ਵੀ ਉੱਥੋਂ ਜਿਹੜਾ ਡਿਪਾਰਟਮੈਂਟ 'ਚ ਨਹੀਂ ਰਿਸੀਵ ਹੋਇਆ ਅਤੇ ਜਿਹਦੇ ਫੈਮਿਲੀ 'ਚ ਨਾ ਉਹਨਾਂ ਦਾ ਕੋਈ ਜੀਵਨ ਸਾਥੀ ਰਿਹਾ ਸੀ ਅਤੇ ਉਹਨਾਂ ਦੇ ਨਾ ਬੱਚੇ ਰਹੇ ਸੀ ਅਤੇ ਫੈਮਿਲੀ 'ਚ ਕੋਈ ਵੀ ਨਹੀਂ ਸੀ, ਅਤੇ ਉਹਨੂੰ ਫਿਰ ਅਖੀਰ ਨੂੰ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈਗੀ ਜਿਹੜੀ ਉਹ ਪ੍ਰਭ ਆਸਰਾ ਦੇ ਵਿੱਚ ਉਹਨਾਂ ਦੀ ਸੰਭਾਲ, ਇਲਾਜ ਅਤੇ ਰੀਹੈਬਲੀਟੇਸ਼ਨ ਲਈ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਉਹਦੇ ਵਿੱਚ ਜਿਹੜੀਆਂ ਹੁਣ ਹੋਸਪਿਟਲ ਦੇ ਵਿੱਚ ਤੁਰੰਤ ਨਾਗਰਿਕ ਨੂੰ ਸੰਭਾਲਣ ਦੇ ਲਈ ਸਹੂਲਤਾਂ ਅਸੀਂ ਮਹਿਸੂਸ ਕਰਦੇ ਵੀ ਚਾਹੀਦੀਆਂ, ਨਾਗਰਿਕ ਜਾਏਗਾ ਕਿੱਥੇ? ਜਿਸ ਵੇਲੇ ਵੀ ਵਾਇਰਸ ਨੇ ਅਟੈਕ ਕੀਤਾ ਮੈਂ ਉਹੀ ਬੇਨਤੀ ਕਰ ਰਿਹਾ ਸੀ ਵੀ ਬਹੁਤ ਵੱਡੇ ਪੱਧਰ 'ਤੇ ਸਾਨੂੰ ਨਵੇਂ ਦਰਵਾਜ਼ੇ ਖੁੱਲ੍ਹਣ ਦੀ ਲੋੜ ਹੈ, ਨਿਊ ਡੋਰਸ ਹੋਰ ਓਪਨ ਕਰਨ ਦੀ ਲੋੜ ਹੈ. ਪਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਸਟੇਟ, ਸਾਡਾ ਦੇਸ਼, ਉਹਦੇ ਵਿੱਚ ਜਿਹੜੇ ਪਹਿਲੇ ਦਰਵਾਜ਼ੇ ਹੈ, OPDs ਹੈ, ਉਹ ਵੀ ਵੱਡੇ ਪੱਧਰ 'ਤੇ ਬੰਦ ਹੋ ਚੁੱਕੀਆਂ ਹੈ ਅਤੇ ਅਸੀਂ ਡੇਲੀ ਫੇਸ ਕਰਦੇ ਆ ਰਹੇ ਹਾਂ. ਪਰ ਸਾਡੇ ਕੋਲ ਇਸ ਵੇਲੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਸਾਡੇ ਕੋਲ ਉਹਨਾਂ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਸੀ ਵੀ ਜਿਹੜੇ ਖੁਦ ਵੀ ਪੀੜਿਤ ਹੋ ਗਏ ਹੈ ਕਰੋਨਾ ਤੋਂ, ਅਤੇ ਉਹਨਾਂ ਨੂੰ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਲਾਈਕ ਉਹ ਆਪਣੇ ਘਰ ਦੇ ਰਸਤੇ ਭੁੱਲ ਚੁੱਕੇ ਹੈ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੈ ਅਤੇ ਉਹਦੇ ਨਾਲ ਕੀ ਹੋ ਰਿਹਾ ਉਹਨਾਂ ਦੀ ਲਾਈਫ ਨੂੰ ਸੇਫ ਰੱਖਣ ਦੇ ਲਈ ਜਾਂ ਉਹਨਾਂ ਦੀ ਰੀਹੈਬਲੀਟੇਸ਼ਨ ਦੇ ਲਈ ਜਿਹੜੇ ਡਿਪਰੈਸ਼ਨ ਚਲੇ ਗਏ ਆ, ਮੈਂ ਉਹਨਾਂ ਨਾਗਰਿਕਾਂ ਦੀ ਹੁਣ ਵਿਸ਼ੇਸ਼ ਤੌਰ 'ਤੇ ਗੱਲ ਕਰਦਾ, ਪਰ ਇਹ ਜਿਹੜੇ ਬਜ਼ੁਰਗਾਂ ਦੀ ਮੈਂ ਗੱਲ ਕਰ ਰਿਹਾ ਸੀ ਡਿਪਰੈਸ਼ਨ 'ਚ ਵੀ ਨਹੀਂ ਗਏ, ਇਕੱਲੇ ਰਹਿ ਗਏ ਸੀ. ਬਹੁਤ ਵੱਡੀ ਕੈਟਾਗਰੀ ਹੈ
ਜਿਹੜੇ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੇ ਤੇ ਜਿਨ੍ਹਾਂ ਨੂੰ ਹੁਣ ਇਸ ਵੇਲੇ ਸਹਾਰੇ ਦੀ ਲੋੜ ਹੈ ਉਹ ਕੈਟਾਗਰੀ ਹੋ ਗਈ ਇੱਕ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਾਡੀਆਂ ਡੇਲੀ ਦੀਆਂ ਜਿਹੜੀਆਂ ਹੱਟ ਬੀਤੀਆਂ ਮੈਂ ਤੁਹਾਡੇ ਨਾਲ ਉਹ ਵੀ ਕੁਝ ਸ਼ੇਅਰ ਕਰਨੀ ਚਾਹਾਂਗਾ ਜੇਕਰ ਮੌਕਾ ਮਿਲਿਆ। ਪਰ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਡਿਪਰੈਸ਼ਨ ਤੋਂ ਪੀੜਤ ਜਿਹੜੇ ਨਾਗਰਿਕ ਹੈਗੇ ਆ ਉਹ ਜੇ ਨਾਲ ਉਹਨਾਂ ਨੂੰ ਕਰੋਨਾ ਦਾ ਵੀ ਉਹਨਾਂ ਤੇ ਅਟੈਕ ਹੋਇਆ, ਹੁਣ ਉਹਨਾਂ ਨੂੰ ਰੀਹੈਬਿਲਿਟੇਸ਼ਨ ਦਾ ਮੌਕਾ ਕਿਵੇਂ ਮਿਲੇਗਾ? ਮੇਰੀ ਨੌਲੇਜ ਨਹੀਂ ਹੈ ਕਿ ਇੰਡੀਆ ਦੇ ਵਿੱਚ ਕੋਈ ਵੀ ਐਸੀ ਵਾਰਡ ਹੈ ਜਦੋਂ ਕਿ ਮੈਂ ਲਗਭਗ ਸਾਲ ਤੋਂ ਜ਼ਿਆਦਾ ਹੋ ਗਿਆ ਇਸ ਗੱਲ ਨੂੰ ਬਾਰ ਬਾਰ ਸੀਨੀਅਰ ਅਥਾਰਟੀ ਨਾਲ ਡਿਸਕਸ ਕਰਦਾ ਆ ਰਿਹਾ ਵੀ ਸਾਡੇ ਦੇਸ਼ ਦਾ ਜਿਹੜਾ ਨਾਗਰਿਕ ਹੈਗਾ ਉਸ ਨਾਗਰਿਕ ਜੋ ਡਿਪਰੈਸ਼ਨ ਚਲੇ ਗਿਆ ਤੇ ਜੋ ਕਰੋਨਾ ਤੋਂ ਵੀ ਪੀੜਿਤ ਹੈਗਾ ਉਸ ਦੀ ਰੀਹੈਬਿਲਿਟੇਸ਼ਨ ਲਈ ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ? ਹੁਣ ਉਹਦੇ ਵਿੱਚ ਲਾਈਕ ਅਸੀਂ ਪੰਜਾਬ ਦੇ ਵਿੱਚ ਦੋ ਜਗ੍ਹਾ ਤੇ ਜਾਂ ਇੱਕ ਜਗ੍ਹਾ ਤੇ, ਪਹਿਲਾਂ ਗਿਆਨ ਸਾਗਰ ਸੀ ਪੰਜਾਬ ਦੇ ਵਿੱਚ, ਉੱਥੇ ਅਰੇਂਜਮੈਂਟ ਕੀਤਾ ਕਿ ਹਾਂ ਜਿਹਨਾਂ ਨੂੰ ਕੋਈ ਪ੍ਰੋਬਲਮਸ ਹੈਗੀ ਇੱਦਾਂ ਦੀ ਇਫੈਕਟਿਡ ਹੈਗੇ ਆ ਤੇ ਉਹਦੇ ਲਈ ਅਸੀਂ ਵੀ ਦੋ ਐਂਬੂਲੈਂਸੀਆਂ ਡੇ ਨਾਈਟ ਤੇ ਇੱਕ ਰੋਡ ਐਕਸੀਡੈਂਟ ਲਈ ਤਿੰਨ ਤਾਂ ਪੱਕੀਆਂ ਲਗਾਈਆਂ ਹੋਈਆਂ ਕਿ ਉਹਨਾਂ ਨੂੰ ਕੇਸਾਂ ਨੂੰ ਚੱਕ ਚੱਕ ਕੇ ਉੱਥੇ ਲਾਈਕ ਲੈ ਕੇ ਜਾਂਦੇ ਸੀ। ਪਰ ਜਿਹੜੇ ਡਿਪਰੈਸ਼ਨ ਤੋਂ ਪੀੜਿਤ ਨਾਗਰਿਕ ਹੈਗੇ ਆ ਉਹਨਾਂ ਦੇ ਲਈ ਕੋਈ ਐਸੀ ਵਾਰਡ ਅੱਜ ਤੱਕ ਵੀ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਕਿਵੇਂ ਮਿਲੇਗਾ? ਤੇ ਜਿੱਥੇ ਜਿੱਥੇ ਵੀ ਉਹ ਜਾ ਰਹੇ ਹੈ ਤੇ ਉੱਥੇ ਉੱਥੇ ਸਪਰੈਡ ਹੋਏਗਾ ਫਿਰ ਕਰੋਨਾ, ਤੇ ਫਿਰ ਅਸੀਂ ਸਮਾਜ ਨੂੰ ਤੇ ਦੂਜੇ ਨਾਗਰਿਕਾਂ ਨੂੰ ਸੇਫ ਕਿਵੇਂ ਰੱਖ ਸਕਦੇ ਹਾਂ? ਤੇ ਜਿਹੜੇ ਇੰਟਲੈਕਚੁਅਲੀ ਡਿਸੇਬਿਲਟੀ ਤੋਂ ਪੀੜਤ ਹੈਗੇ ਆ ਤੇ ਉਹਨਾਂ ਦੀਆਂ ਸਮੱਸਿਆਵਾਂ ਇੰਨੀਆਂ ਜ਼ਿਆਦਾ ਹੈਗੀਆਂ ਤੇ ਉਹਨਾਂ ਲਈ ਕੋਈ ਸਾਡੇ ਕੋਲ ਅਰੇਂਜਮੈਂਟ ਅੱਜ ਤੱਕ ਮੇਰੀ ਨੌਲੇਜ ਨਹੀਂ ਹੈ ਕਿ ਉਹ ਨਾਗਰਿਕ ਜਿਹੜੇ ਕਿ ਕਿਤੇ ਵੀ ਭਾਵੇਂ ਉਹ ਆਪਣੇ ਘਰ ਦੇ ਰਸਤੇ ਭੁੱਲ ਕੇ ਹੁਣ ਇਹ ਤੁਰ ਕੇ ਜਾ ਰਹੇ ਹਾਂ ਕਿ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ ਪਰ ਉਹ ਆਪਣੇ ਘਰ ਦੇ ਰਸਤੇ ਭੁੱਲ ਚੁੱਕੇ ਹਾਂ। ਇਹਨਾਂ ਸੰਬੰਧੀ ਬਹੁਤ ਲੰਬੇ ਸਮੇਂ ਤੋਂ ਅਸੀਂ ਕੋਸ਼ਿਸ਼ ਕਰਦੇ ਆ ਰਹੇ ਹਾਂ ਕਿ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਰਹੇ ਹਾਂ ਤੇ ਆਪਣੇ ਲੈਵਲ ਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਲੈਵਲ ਤੇ ਕੋਸ਼ਿਸ਼ ਕਰਦੇ ਹਾਂ ਫਿਰ ਨਾਲ ਦੀ ਨਾਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੇ ਕਿ ਸੰਸਥਾਵਾਂ ਇੰਨੇ ਵੱਡੇ ਪੱਧਰ ਤੇ ਮਤਲਬ ਜੇ ਆਪਾਂ ਕਹੀਏ ਵੀ ਹੈਂਡਲ ਕਰ ਲੈਣਗੀਆਂ, ਇਹ ਸਬਸਟੀਟਿਊਟ ਨਹੀਂ ਹੈਗਾ ਸਰਕਾਰ ਦਾ, ਪਰ ਅਸੀਂ ਉਹਦੇ ਲਈ ਜਿੱਥੇ ਰੀਹੈਬਿਲਿਟੇਸ਼ਨ ਸੈਂਟਰ ਨਾਲ ਦੀ ਨਾਲ ਚੱਲ ਰਹੇ ਸਾਡੇ 50,000 ਸਕੁਅਰ ਫੁੱਟ ਦਾ ਤੇ ਲੇਡੀਜ਼ ਲਈ ਤੇ ਨਾਲ ਦੀ ਨਾਲ 26,000 ਸਕੁਅਰ ਫੁੱਟ ਮੇਲ ਦੇ ਲਈ ਤੇ ਰੋਜ਼ ਜਿੱਥੇ ਦਾਖਲ ਹੋ ਰਹੇ ਹੈ ਨਾਲ ਦੀ ਨਾਲ ਹੁਣ ਡਾਕਟਰ ਸਾਡੇ ਉੱਥੇ ਲਗਭਗ 14 ਡਾਕਟਰ ਹੈਗੇ ਹੈ ਜਿਹੜੇ ਕਿ ਇਹਨਾਂ ਦੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਹੈਗੇ ਹੈ ਤੇ ਉਹਨਾਂ ਨੇ ਰੂਟੀਨ ਦੇ ਵਿੱਚ ਐਮਰਜੈਂਸੀ ਦੇ ਵਿੱਚ ਸਾਡੇ ਡਾਕਟਰ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿਵੇਂ ਮੈਡੀਸਨ ਦੇ ਸਪੈਸ਼ਲਿਸਟ ਸਾਡੇ ਲੋੜ ਪੈਂਦੀ ਹੈ ਨਾਲ ਹੀ ਐਮਰਜੈਂਸੀ ਦੇ ਵਿੱਚ ਹਾਜ਼ਰ ਹੋ ਜਾਂਦੇ ਹੈ ਤੇ ਜਿਹੜੇ ਸਸਪੈਕਟਿਡ ਇਫੈਕਟਿਡ ਕੇਸ ਹੁਣ ਸਾਡੇ ਕੋਲ ਆ ਰਹੇ ਹੈ ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜਿਵੇਂ ਜਿਵੇਂ ਡਾਕਟਰਾਂ ਨੇ ਸਾਨੂੰ ਕਿਹਾ ਕਿ ਇੱਥੇ ਇਸ ਤਰ੍ਹਾਂ ਦਾ ਅਰੇਂਜਮੈਂਟ ਤੇ ਆਕਸੀਜਨ ਕੰਸਨਟ੍ਰੇਟਰ ਚਾਹੀਦੇ ਹੈਗੇ ਹੈ, ਹੋਰ ਆਕਸੀਜਨ ਸਿਲੰਡਰ ਚਾਹੀਦੇ ਹੈਗੇ ਹੈ, ਉਹਨਾਂ ਦਾ ਅਸੀਂ ਇੰਤਜ਼ਾਮ ਕਾਫੀ ਹੱਦ ਤੱਕ ਕੀਤਾ ਹੈਗਾ ਤੇ ਹੋਰ ਵੀ ਕਰ ਰਹੇ ਹਾਂ ਤਾਂ ਕਿ ਨਾਗਰਿਕ ਜਿਹੜਾ ਨਾਗਰਿਕ ਜਿਸ ਨੂੰ ਕਿ ਅਸੀਂ ਹੋਸਪਿਟਲ ਜਿਹੜਾ ਹੈਗਾ ਉਹਦੇ ਵਿੱਚ ਐਡਮਿਸ਼ਨ ਕਰਾਉਣ ਦੇ ਵਿੱਚ ਵੱਡੀ ਪੱਧਰ ਤੇ ਸੰਘਰਸ਼ ਕਰਨ ਤੋਂ ਬਾਅਦ ਵੀ ਫੇਲ ਹੋ ਜਾਂਦੇ ਹੈ ਕਿਉਂਕਿ ਅਰੇਂਜਮੈਂਟ ਨਹੀਂ ਹੈਗਾ, ਉਹਨਾਂ ਨੂੰ ਵੀ ਠੀਕ ਹੋਣ ਦਾ ਮੌਕਾ ਮਿਲ ਸਕੇ ਤੇ ਦੂਜੇ ਨਾਗਰਿਕ ਸੇਫ ਰਹਿ ਸਕਣ ਤਾਂ ਕਿ ਕੋਵਿਡ ਜਿਹੜਾ ਜਿਹਨੂੰ ਅਸੀਂ ਕਹਿੰਦੇ ਕਿ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਤੇ ਉਹ ਫਿਰ ਤਾਂ ਅਸੀਂ ਇਹਨੂੰ ਰੋਕਣ ਦੇ ਵਿੱਚ ਸਫਲ ਜਿਹੜਾ ਹੋਣ ਦੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤਾਂ ਹੀ ਸਫਲ ਹੋ ਸਕਦੇ ਹਾਂ ਜੇਕਰ ਅਸੀਂ ਦੂਜਿਆਂ ਨੂੰ ਸੇਫ ਰੱਖਾਂਗੇ, ਜੇ ਅਸੀਂ ਦੂਜਿਆਂ ਦੀ ਮਦਦ ਕਰਾਂਗੇ ਤਾਂ ਹੀ ਇਹਦੇ ਵਿੱਚ ਸਾਡੀ ਮਦਦ ਹੋ ਸਕਦੀ ਹੈ। ਜੇ ਦੂਜਿਆਂ ਦੀ ਲਾਈਫ ਨੂੰ ਅਸੀਂ ਸੇਫ ਰੱਖਾਂਗੇ, ਸੇਵ ਕਰਨ ਲਈ ਕੋਸ਼ਿਸ਼ ਕਰਾਂਗੇ ਤਾਂ ਹੀ ਸਾਡੀ ਲਾਈਫ ਸੇਵ ਹੋ ਸਕਦੀ ਹੈ, ਪ੍ਰੋਟੈਕਟ ਹੋ ਸਕਦੀ ਹੈ। ਇਸ ਕਰਕੇ ਮਤਲਬ ਇਹ ਸਾਡੇ ਮਨ ਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਪੱਕਾ ਧਾਰਨ ਕਰ ਲੈਣਾ ਚਾਹੀਦਾ। ਮੈਂ ਬੇਨਤੀ ਕਰਦਾ ਵੀ ਇਹ ਦੂਜਿਆਂ ਨੂੰ ਬਚਾਵਾਂਗੇ ਤਾਂ ਹੀ ਅਸੀਂ ਬਚਾਂਗੇ, ਦੂਜਿਆਂ ਨੂੰ ਕਰੋਨੇ ਤੋਂ ਬਚਾਵਾਂਗੇ ਤਾਂ ਹੀ ਕਰੋਨੇ ਤੋਂ ਅਸੀਂ ਬਚਾਂਗੇ। ਅਦਰਵਾਈਜ਼ ਸਾਡੇ ਘਰ ਤੱਕ ਸਾਡੀ ਕਿਚਨ ਤੱਕ ਪਹੁੰਚਣ ਲੱਗਿਆ ਇਹ ਲਾਈਕ ਦੇਸ਼ ਦੀ ਕੋਈ ਸ਼ਕਤੀ ਵੀ, ਦੇਸ਼ ਦਾ ਕੋਈ ਵੀ ਮੰਤਰੀ ਪ੍ਰਧਾਨ ਮੰਤਰੀ ਨਹੀਂ ਰੋਕ ਸਕਦਾ। ਕਿਉਂ? ਕਿਉਂਕਿ ਉਹਨਾਂ ਨੂੰ ਵੀ ਉਹਨਾਂ ਗਰੀਬਾਂ ਦੀ ਹੈਲਪ ਦੀ ਹਮੇਸ਼ਾ ਆਪਣੀ ਕਿਚਨ ਤੱਕ ਲੋੜ ਪੈਂਦੀ ਹੈ, ਆਪਣੇ ਘਰ ਤੱਕ ਸਫਾਈਆਂ ਤੱਕ ਲੋੜ ਪੈਂਦੀ ਹੈ। ਜੇਕਰ ਅਸੀਂ ਉਹਨਾਂ ਗਰੀਬਾਂ ਨੂੰ ਨਹੀਂ ਬਚਾਵਾਂਗੇ, ਉਹਨਾਂ ਲੋੜਵੰਦ ਨਾਗਰਿਕਾਂ ਨੂੰ ਨਹੀਂ ਸੇਫ ਰੱਖਾਂਗੇ ਤਾਂ ਅਸੀਂ ਸੇਫ ਨਹੀਂ ਰਹਿ ਸਕਦੇ। ਇਸ ਗੱਲ ਨੂੰ ਸਾਨੂੰ ਸਮਝ ਲੈਣਾ ਚਾਹੀਦਾ। ਉਹ ਅਸੀਂ ਲੋੜਵੰਦ ਗਰੀਬ ਨਾਗਰਿਕ ਉਹਦੇ ਲਈ ਹੁਣ ਅਸੀਂ ਮੈਡੀਕਲ ਸੇਵਾਵਾਂ ਉੱਥੇ ਸ਼ੁਰੂ ਕੀਤੀਆਂ ਹੈ ਕਿ ਇੱਕ ਤਾਂ ਬੇਵਾਸੇ ਲਾਚਾਰ ਨਾਗਰਿਕ ਜਿਹਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ ਤੇ ਇਹੋ ਜਿਹੀ ਕਰੋਨਾ ਮਹਾਮਾਰੀ ਦੇ ਵਿੱਚ ਉਸ ਨੂੰ ਸੰਭਾਲਿਆ ਜਾ ਸਕੇ, ਉਹਦੀ ਹੈਲਪ ਕੀਤੀ ਜਾ ਸਕੇ। ਦੂਜਾ ਜਿਹਨਾਂ ਦੀ ਪਹੁੰਚ ਤੋਂ ਪਰੇ ਚਲੇ ਗਿਆ ਇਲਾਜ, ਕਈ ਕਿਡਨੀਜ਼ ਤੋਂ ਪ੍ਰੋਬਲਮ ਹੈ, ਕਈਆਂ ਦਾ ਬਲੱਡ ਪ੍ਰੈਸ਼ਰ, ਕਈਆਂ ਨੂੰ ਸ਼ੂਗਰ ਦਾ ਲੈਵਲ ਹੀ ਇੰਨਾ ਡਾਊਨ ਚਲਿਆ ਜਾਂਦਾ ਤੇ ਉੱਧਰ ਓਪੀਡੀ ਬੰਦ ਹੈਗੀ, ਹੋਸਪਿਟਲਾਂ ਦੇ ਦਰਵਾਜ਼ੇ ਬੰਦ ਹੈ। ਇਹ ਮੈਂ ਆਪਣੀਆਂ ਹੱਡ ਬੀਤੀਆਂ ਜੋ ਦੱਸਦਾ ਡੇਲੀ ਦੀ ਹੈ। ਜੇ ਮੈਨੂੰ ਕੱਲ੍ਹ ਦੀਆਂ ਘਟਨਾਵਾਂ ਬਾਰੇ ਵੀ ਕੋਈ ਪੁੱਛੇ ਤੇ ਮੈਂ ਕੱਲ੍ਹ ਦੀਆਂ ਘਟਨਾਵਾਂ ਵੀ ਦੱਸ ਸਕਦਾ, ਇਹ ਕੋਈ ਮੈਂ ਸੁਣ ਕੇ ਨਹੀਂ ਗੱਲਾਂ ਕਰਦਾ।
क्योंकि मैं बहुत सारे नागरिकों डेली डील करने का मतलब मौका मिलता है जो पीड़ित नागरिक है उन्होंने फिर हम असी हॉस्पिटल कोशिश मैं रोज डॉक्टर मीटिंग करना कल भी मीटिंग की थी भी आप होर वो की कर सकते हैं एंबूलेंसा च वे वे सिलेंडर लगाए हुए हैं भी जिस वे भी लोड़ पैंदी है साडे नागरिक नूं असीं वध तों वध उहदी हैल्प कर सकीए उहदी लाइफ बचावांगे तां ही समाज सेफ रह सकदा है उहनूं सेफ रखांगे जे असीं मेरा दिल नहीं करता कहण नूं चलो जिहड़ा भी साडा नागरिक है देश दा भावें उह डिप्रैशन च है भावें उह डिमेंशिया च है भावें इंटलैक्चुअल डिसेबिलिटी तों पीड़ित है भावें उह बहुत गरीब है जिहड़ा दो टाइम दी रोटी तों भी चिंतित है अज्ज जो हालात बणे होए हैं ते जदों उह अफैक्टिड हो जांदा है उह कोरोना दी मतलब जदों अटैक दे शिकार हो जाते हैं तो जेकर उन्होंने सेफ नहीं करांगे तो समाज सेफ नहीं रह सकता मैं बार बार बेनती करता उन्होंने विशेष लोड़ींदे प्रबंध होने चाहिए उसके लिए असीं लगातार यत्नशील हैं जी जी एंड शमशेर सिंह जी इत्थे यू नो एक गल ते मैं एक बार फिर रीइटरेट एम्फसाइज करना चाहती हाँ व्यूअर्स लई जो इत्थे लोग इन्ने कंसर्न हैं कि इंडिया का की बनूगा उत्थे जो सानू मोस्टली मीडिया से सोशल मीडिया या टीवी पर वेखन को अखबारों मिल रही है इमेजेस विजुअल्स यही है कि लोग हस्पताल जा रहे हैं लभ रहे हैं बैड ऑक्सीजन कोई ट्रीटमेंट कोई डॉक्टर उन्होंने हेल्प कर लाए बट इन लोगों की एटलीस्ट मानसिक मतलब ख्यालात तो है कि हाँ जी मैं बीमार हाँ तो मैनू या आइसोलेट करना चाहिए या अपने आप को ट्रीट करना चाहिए या हस्पताल जाना चाहिए मतलब इन्नी तो उन्होंने कोल होश आवाज़ हैगे बट उन्होंने की जिन्होंने कोल ये मतलब केपेबिलिटी ही नहीं हैगी उन्होंने ये नहीं पता वो बीमार है तो ट्रीटमेंट उन्होंने लभना चाहिए या लोगों तो दूरी रखनी चाहिए है सो एक क्रिटिकल काम तुसी कर रहे हो एक बार फिर मैं व्यूअर्स नूं रिमाइंड कराना चाहती हाँ इस पॉपुलेशन बारे इस सैगमेंट जो सोसाइटी का साडा हैगा उहदे बारे कदी कोई गल नहीं करता बट अज आपां गल कर रहे हैं तो शमशेर सिंह जी फाउंडर प्रेजिडेंट प्रभ आसरा संस्था दे साडे नाल जुड़े हैं उन्हां दी कॉन्टैक्ट इन्फॉर्मेशन भी स्क्रीन ते तुसी भी साडे नाल जुड़ो तो इन्हां दे नाल डायरैक्टली संपर्क करके अपना दसवंध कढ़ो इत्थे एक छोटी जी ब्रेक लई रुकदे हैं शमशेर सिंह जी इत्थे जुड़े रहो व्यूअर्स तुसी भी इस तरह जुड़े रहो लाइव तुहाडे नाल हाजिर होए हां मिलदे हां ब्रेक तों बाद ब्रेक तो बाद एक बार फिर मुड़ हाजिर होए हाँ तो तुसी वेख रहे हो आज साड़ा स्पेशल प्रोग्राम हर रोज़ तुहानू मैनू मौका मिलता है अनफॉर्चुनेटली ये खबर देन दा कि किस तरह इंडिया दे विच कोविड नू लैके हालात डिटीरिएट हो रहे हैं माड़े हो रहे हैं दिन बर दिन माड़े हो रहे हैं बट जिथे लीडरशिप या सरकार या हेल्थ केयर दा जो सिस्टम हैगा वो फेल हो रहा है उत्थे कुछ संस्थावां ये बेड़ा चुक के वो कम कर रही हैं जो सरकार नू एक वड्डे लैवल ते करना चाहिए बट इन एनी केस एक यहोजी संस्था साडे नाल अज जुड़ी है प्रभ आसरा ते उन्हां दे फाउंडर प्रेजिडेंट शमशेर सिंह जी साडे नाल जुड़े हन शमशेर सिंह जी तुसी एक बहुत इंपॉर्टेंट पॉइंट छेड़िया सी ब्रेक तो पहले कि कोविड दी जो महामारी है कोई इस तो बच नहीं सकदा अगर तुसी ये समझो कि मैं अपने आप नूं सेफ रख्या होया या मैनू वैक्सीन लग गई है तो मैनू होना दा फिक्र नहीं है उस दे नाल ये चीज़ नहीं जान वाली कि सारियां नूं जदों तक आपां सेफ नहीं रखदे या हेल्प नहीं दिंदे ये महामारी नहीं जाऊगी इहदे लई तुसी एक स्पेशल बिल्डिंग एक वार्ड बना रहे हो फैसिलिटी बना रहे हो 200 तो वध उहदे विच कैपेसिटी होनी है सिर्फ तां सिर्फ ट्रीटमेंट ते प्रॉपर आइसोलेशन ऑक्सीजन एंड होर वख वख सहूलतां जो अज दी डेट विच ना कि सिर्फ एक आम कोविड पेशेंट नूं लोड़ हैगी बट उहनां नूं जिन्हां नूं शायद मानसिक तौर ते ए ना होश आवाज़ होए कि उन्होंने ट्रीटमेंट की भी लोड़ है कि उन्होंने हो की रहा है जो उन्होंने सह रुक जाता है उन्होंने यह नहीं पता सह क्यों रुक रहा है तुम उन्होंने सेवा कर रहे हो शमशेर सिंह जी तुसी दिन रात तुसी तुहाडा पूरा परिवार इस सेवा च लगे हुए है की तुसी चाहते हो कि लोग जानन इस काम बारे जो तुसी सारा टाइम कर रहे हो बिकॉज यू नो लोग जिथे मेंटल इलनेस की गल आती है साढ़े बुजुर्ग डिसेबल्ड जो हो जाते उन्होंने देखभाल की गल आती है लोग ज़्यादा इस पासे ना सोचते ना सोचना चाहते है बट क्यों तुसी सानू दसोगे कि क्यों सानू इस पासे ना कि सिर्फ सोचना चाहिए बट सपोर्ट करनी चाहिए है इस सेवा विच नहीं मैं बार बार यही बेनती करता हूं जी कि असी किसी की सपोर्ट नहीं करनी असी अपनी सपोर्ट करनी है क-
ਕਿ ਜੇਕਰ ਕੋਵਿਡ ਮਹਾਮਾਰੀ ਨੇ ਇਹ ਬੜਾ ਕਲੀਅਰਲੀ ਸਾਨੂੰ ਜੋ ਸਾਨੂੰ ਬਾਰ-ਬਾਰ ਪਵਿੱਤਰ ਗ੍ਰੰਥ ਸਮਝਾ ਰਹੇ ਹੈ ਕਿ ਦੂਜੇ ਦੇ ਭਲਾ ਕਰਨੇ ਵਿੱਚ ਹੀ ਸਾਡਾ ਭਲਾ ਹੈ ਨਾ ਜੇ ਅਸੀਂ ਆਪਣਾ ਭਲਾ ਚਾਹੁੰਦੇ ਦੂਜੇ ਦਾ ਭਲਾ ਕਰੋ ਤੇ ਇਹ ਕੋਵਿਡ ਜਿਹੜਾ ਹੈਗਾ ਇਸਨੇ ਇਸ ਚੀਜ਼ ਨੂੰ ਬਾਰ-ਬਾਰ ਜੇਕਰ ਅਸੀਂ ਥੋੜਾ ਜਿਹਾ ਵੀ ਨਿਊਟਰਲ ਹੋ ਕੇ ਵਿਚਾਰੀਏ ਇਸ ਚੀਜ਼ ਨੂੰ ਰਿਅਲਾਈਜ਼ ਕਰਾ ਰਿਹਾ ਹੈ ਇਹ ਬਲਹਾਰੀ ਕੁਦਰਤ ਵਸਿਆ ਤੇ ਅੰਤਰਾ ਜਾਈ ਰੱਖਿਆ ਤੇ ਬੜਾ ਕਲੀਅਰਲੀ ਇਹ ਮੈਸੇਜ ਜਿਹੜਾ ਕਿ ਜੇ ਦੂਜਾ ਸੇਫ ਹੈ ਤਾਂ ਅਸੀਂ ਸੇਫ ਹਾਂ ਮੈਂ ਫਿਰ ਕਹਿ ਰਿਹਾ ਸੀ ਵੀ ਇਸ ਨੂੰ ਪੈਸੇ ਵਾਲੇ ਲੋਕ ਜੇ ਇਹ ਸਮਝ ਲੈਣ ਜਾਂ ਕਹਿ ਲਓ ਦੇਸ਼ ਦੇ ਰਾਜੇ ਜਾਂ ਬਹੁਤ ਵੱਡੇ ਵੱਡੇ ਰਾਣੇ ਇਹ ਸਮਝ ਲੈਣ ਕਿ ਮੇਰੇ ਕੋਲ ਤਾਂ ਪੈਸਾ ਬਹੁਤ ਹੈ ਤੇ ਮੈਨੂੰ ਕਿਸੇ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਨਹੀਂ ਪਹੁੰਚਾ ਸਕਦੀਆਂ ਪਰ ਜਿਸ ਵੇਲੇ ਉਸ ਨੂੰ ਉਹਦੇ ਹੈਲਪਰ ਜਿਹੜੇ ਹੈਗੇ ਹੈ ਜਿਹੜੀ ਚੀਜ਼ਾਂ ਚਾਹੀਦੀਆਂ ਉਹਨੂੰ ਉਹ ਆਪਣੀ ਹੈਲਪ ਲਈ ਉਹਨਾਂ ਗਰੀਬਾਂ ਔਰ ਲੋੜਵੰਦਾਂ ਤੇ ਡਿਪੈਂਡ ਹੈ ਭਾਵੇਂ ਘਰ ਦੇ ਵਿੱਚ ਰਿਪੇਅਰ ਕਰਾਉਣੀ ਹੈ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਆ ਗਈ ਉਸ ਗਰੀਬ ਨੇ ਅੱਗ ਉਹਦੀ ਬਿਜਲੀ ਚੱਲਦੀ ਕਰਨੀ ਹੈ ਉਹਦਾ ਏਸੀ ਖਰਾਬ ਹੋ ਗਿਆ ਉਹਦਾ ਉਸ ਲੋੜਵੰਦ ਗਰੀਬ ਨੇ ਹੀ ਨਾਗਰਿਕ ਨੇ ਆ ਕੇ ਏਸੀ ਠੀਕ ਕਰਨਾ ਹੈਗਾ ਉਹਦੇ ਘਰ ਦੀ ਕੋਈ ਚੀਜ਼ ਖਰਾਬ ਹੋ ਗਈ ਉਹਨੇ ਠੀਕ ਕਰਨੀ ਹੈ ਉਹਦੀ ਗੱਡੀ ਤੇ ਜੇਕਰ ਉਹਨਾਂ ਦੇ ਪ੍ਰਤੀ ਨਹੀਂ ਉਹ ਸੋਚੇਗਾ ਜੇਕਰ ਅਸੀਂ ਸਮਾਜ ਪ੍ਰਤੀ ਨਹੀਂ ਸੋਚਾਂਗੇ ਤੇ ਸਾਡੀ ਸਿਹਤ ਜਿਹੜੀ ਹੈ ਉਹ ਠੀਕ ਨਹੀਂ ਰਹੇਗੀ ਪਰ ਅਸੀਂ ਉਸ ਦੇ ਅਟੈਕ ਤੋਂ ਨਹੀਂ ਬਚ ਸਕਦੇ ਇਹ ਸਾਨੂੰ ਬਾਰ ਬਾਰ ਇਹ ਮੈਸੇਜ ਜਿਹੜਾ ਹੈਗਾ ਸਾਨੂੰ ਦਿੱਤਾ ਜਾ ਰਿਹਾ ਕੁਦਰਤ ਵੱਲੋਂ ਇਹਨੂੰ ਸਮਝ ਲੈਣਾ ਚਾਹੀਦਾ ਜੋ ਪਰਮਾਤਮਾ ਦਾ ਇੱਕ ਸੁਨੇਹਾ ਹੈ ਸਾਨੂੰ ਰਿਅਲਾਈਜ਼ ਕਰਾ ਰਹੇ ਹੈ ਕਿ ਤੇਰਾ ਭਲਾ ਉਹਦੇ ਵਿੱਚ ਹੀ ਹੈ ਕਿ ਦੂਜੇ ਦਾ ਭਲਾ ਕਰ ਤੇ ਗੁਰਬਾਣੀ ਨੇ ਇਹ ਵੀ ਕਹਿੰਦੀ ਹੈ ਫਰੀਦਮ ਬੁਰੇ ਕਾ ਭਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾ ਲੱਗੀ ਭੱਲੇ ਸਭ ਕਿਛ ਪਾਏ ਤੇ ਮੈਂ ਬਾਰ ਬਾਰ ਤੁਹਾਡੇ ਥਰੂ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਦੂਜਿਆਂ ਦੇ ਭਲਾ ਲੋਚੋ ਉਹਦੇ ਵਿੱਚ ਤੁਹਾਡਾ ਭਲਾ ਆਪਣੇ ਆਪ ਹੀ ਹੋ ਜਾਣਾ ਜੀ ਕਿਉਂਕਿ ਤੁਹਾਡੀ ਲਾਈਫ ਜਿਹੜੀ ਹੈ ਇਕੱਲੇ ਨਹੀਂ ਤੁਸੀਂ ਜ਼ਿੰਦਗੀ ਜੀ ਸਕਦੇ ਤੁਹਾਡੀ ਲਾਈਫ ਬਹੁਤ ਸਾਰੇ ਸਮਾਜ ਦੇ ਨਾਲ ਜੁੜੀ ਹੋਈ ਹੈ ਤੇ ਤੁਹਾਨੂੰ ਜ਼ਿੰਦਗੀ ਜੀਣ ਵਾਸਤੇ ਉਹਨਾਂ ਦੀ ਸਪੋਰਟ ਜਿਹੜੀ ਹੈ ਲੈਣੀ ਹੀ ਪੈਣੀ ਹੈ ਤੇ ਉਸ ਤੋਂ ਬਿਨਾਂ ਤੁਹਾਡੀ ਸਰਵਾਈਵਲ ਪੋਸੀਬਲ ਨਹੀਂ ਹੈਗੀ ਤੇ ਇਸ ਕਰਕੇ ਸਾਰਿਆਂ ਦੇ ਪ੍ਰਤੀ ਸੋਚਣਾ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਆਪਣੇ ਲਈ ਜਿਹੜਾ ਹੈਲਪ ਜਿਹੜੀ ਆਪਣੀ ਹੈਲਪ ਹੈ ਇਹਦੇ ਵਿੱਚ ਹੀ ਸਾਡੀ ਹੈਲਪ ਹੋਣੀ ਹੈ ਜੇ ਅਸੀਂ ਦੂਜਿਆਂ ਦੀ ਹੈਲਪ ਕਰਾਂਗੇ ਇਹ ਪ੍ਰਿੰਸੀਪਲ ਸਾਨੂੰ ਪਵਿੱਤਰ ਗ੍ਰੰਥਾਂ ਦੇ ਵਿੱਚ ਬਹੁਤ ਦ੍ਰਿੜ ਕਰਵਾਇਆ ਗਿਆ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਪੜ੍ਹਦੇ ਹਾਂ ਗੁਰੂ ਨਾਨਕ ਪਾਤਸ਼ਾਹ ਜਿੱਥੇ ਮਤਲਬ ਕਹਿ ਲਓ ਵੀ ਸੱਚ ਦਾ ਉਪਦੇਸ਼ ਜਿਹੜੇ ਕਰਵਾਉਂਦੇ ਸੀ ਇਹ ਬਾਰ ਬਾਰ ਸਟ੍ਰੈਸ ਦੇ ਕੇ ਸਮਝਾਉਂਦੇ ਸੀ ਕਿ ਅਸੀਂ ਸਾਰੇ ਇੱਕ ਨੂੰ ਬਿਲੋਂਗ ਕਰਦੇ ਹਾਂ ਏਕ ਪਿਤਾ ਏਕ ਕੇ ਹਮ ਬਾਰਿਕ ਇੱਕ ਓਂਕਾਰ ਦੀ ਗੱਲ ਕਰਦੇ ਹਾਂ ਓਂਕਾਰ ਇੱਕੋ ਰੱਬ ਰਹਿ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਫਿਰ ਉੱਥੇ ਜੇ ਕੋਈ ਪੀੜਤ ਹੁੰਦਾ ਸੀ ਕੋਹੜ ਤੋਂ ਪੀੜਤ ਹੁੰਦਾ ਸੀ ਲੈਪਰੋਸੀ ਤੋਂ ਪੀੜਤ ਹੁੰਦਾ ਸੀ ਉਹਨੂੰ ਕਿੱਦਾਂ ਗੱਲ ਨਾਲ ਲਾਇਆ ਗੁਰੂ ਰਾਮਦਾਸ ਜੀ ਦਾ ਕੋਲ ਰੱਖ ਰੱਖ ਕੇ ਇਲਾਜ ਕਰਦੇ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਹ ਪਰਮ ਸੱਚ ਨੂੰ ਜੋ ਬਾਣੀ ਧੁਰ ਤੋਂ ਆਈ ਹੈ ਇਸ ਨੂੰ ਇਕੱਤਰ ਕਰਕੇ ਅਧਿਆਤਮਿਕ ਏਕਤਾ ਦੇ ਆਧਾਰ ਤੇ ਇਕੱਤਰ ਕਰਕੇ ਸਾਡੇ ਕਲਿਆਣ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਦਿੱਤੀ ਹੈ ਬਾਰ ਬਾਰ ਉਹਨਾਂ ਨੇ ਮੌਕੇ ਦੇ ਉੱਤੇ ਜੋ ਵੀ ਇਹ ਹਾਲਾਤ ਬਣੇ ਸੀ ਉਸ ਵੇਲੇ ਮਤਲਬ ਇਹ ਹਾਲਤ ਬਣ ਗਈ ਸੀ ਕਿ ਜਿਹੜਾ ਕੋਹੜ ਸੀ ਜਿਹੜਾ ਕਿ ਲੈਪਰੋਸੀ ਹੈ ਉਸ ਤੋਂ ਪੀੜਤ ਨਾਗਰਿਕ ਜਿਹੜੇ ਸੀ ਉਹਨਾਂ ਦੇ ਸਿਰ ਤੇ ਛੱਤ ਨਹੀਂ ਸੀ ਕਿ ਉਹਨਾਂ ਨੂੰ ਸਹਾਰਾ ਨਹੀਂ ਸੀ ਕੋਈ ਮਿਲਦਾ ਉਹਨਾਂ ਲਈ ਤਰਨ ਤਰਨ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਵੱਡਾ ਸ਼ੈਲਟਰ ਹੋਮ ਬਣਾਇਆ ਅੱਜ ਸਾਡੇ ਕੋਲ ਇਹ ਅਸੀਂ ਭੁੱਲ ਗਏ ਹਾਂ ਕਿ ਉਹਨਾਂ ਨੇ ਜਿਨ੍ਹਾਂ ਨੇ ਕਿਹਾ ਸੀ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਜਿਹੜੇ ਉਹਨਾਂ ਨੇ ਬਾਰ ਬਾਰ ਸਾਨੂੰ ਸਿਧਾਂਤ ਦ੍ਰਿੜ ਕਰਵਾਏ ਸੀ ਉਹਨਾਂ ਸਿਧਾਂਤਾਂ ਨੂੰ ਅਸੀਂ ਗਾਇਆ ਬਹੁਤ ਹੈ ਅਸੀਂ ਪੜ੍ਹਿਆ ਬਹੁਤ ਹੈ ਪਰ ਉਹਨਾਂ ਤੇ ਅਮਲ ਕਰਨ ਦੇ ਉੱਤੇ ਬਹੁਤ ਘੱਟ ਵਿਚਾਰ ਕੀਤੀ ਹੈ ਉਹਨਾਂ ਨੂੰ ਅਨੁਭਵ ਕਰਨ ਦੇ ਉੱਤੇ ਬਹੁਤ ਘੱਟ ਵਿਚਾਰ ਕੀਤੀ ਹੈ ਜਿਸ ਕਰਕੇ ਅੱਜ ਅਸੀਂ ਕਹਿ ਲਓ ਵੀ ਸਮਾਜ ਨੂੰ ਤੇ ਆਪਣੇ ਈਵਨ ਕੇ ਪਰਿਵਾਰ ਨੂੰ ਵੀ ਅੱਜ ਸੇਫ ਰੱਖਣ ਤੋਂ ਬਹੁਤ ਚਿੰਤਤ ਹਾਂ ਕਿਉਂਕਿ ਅਸੀਂ ਬਹੁਤ ਹੀ ਆਪਣੇ ਤੱਕ ਸੀਮਤ ਰਹਿ ਕੇ ਜੀ ਰਹੇ ਹਾਂ ਜਿਹੜੀ ਕਿ ਇੱਕ ਪੰਛੀਆਂ ਦੀ ਲਾਈਫ ਹੁੰਦੀ ਹੈ ਕਿ ਆਪਣਾ ਪੇਟ ਭਰਨਾ ਆਪਣੇ ਬੱਚਿਆਂ ਦਾ ਪੇਟ ਭਰ ਲੈਣਾ ਆਪਣੇ ਰਹਿਣ ਲਈ ਮਕਾਨ ਬਣਾ ਲੈਣੇ ਰਹਿਣ ਦੇ ਇੰਤਜ਼ਾਮ ਕਰ ਲੈਣੇ ਇਹ ਸਾਰਾ ਕੰਮ ਪੰਛੀ ਕਰ ਲੈਂਦੇ ਆ ਪਰ ਇਨਸਾਨ ਉਹ ਪੰਛੀ ਜਿਹੜੇ ਆ ਉਹ ਕੁਦਰਤ ਦਾ ਇੰਨਾ ਬੈਲੈਂਸ ਜਿਹੜਾ ਹੈਗਾ ਉਹ ਨਹੀਂ ਵਿਗਾੜ ਰਹੇ ਉਹ ਇੰਨੇ ਦਰਖਤ ਨਹੀਂ ਕੱਟ ਰਹੇ ਅਸੀਂ ਦਰਖਤ ਕੱਟੇ ਹਾਂ ਅਸੀਂ ਬਹੁਤ ਬੈਲੈਂਸ ਵਿਗਾੜਿਆ ਹੈ ਅਸੀਂ ਹਰ ਇੱਕ ਚੀਜ਼ ਜਿਹੜੀ ਸਾਨੂੰ ਚਾਹੀਦੀ ਹੈ ਉਹ ਕੁਦਰਤ ਦਾ ਬਹੁਤ ਵੱਡਾ ਨੈਚੁਰਲ ਰਿਸੋਰਸਿਸ ਅਸੀਂ ਜਿਹੜੇ ਹੈ ਉਹਨਾਂ ਨੂੰ ਵਿਕਾਸ ਦੇ ਨਾਂ ਤੇ ਵਿਨਾਸ਼ ਕਰਕੇ ਅੱਜ ਆਪਣੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਫਿਰ ਵੀ ਅਸੀਂ ਮਤਲਬ ਜੋ ਆਪਣੇ ਲਈ ਇੰਨਾ ਨਹੀਂ ਸੋਚ ਪਾ ਰਹੇ ਕਿ ਸਾਡਾ ਭਲਾ ਕੀ ਹੈ ਸਾਡਾ ਭਲਾ ਕਾਹਦੇ ਵਿੱਚ ਹੈ ਤੇ ਉਸ ਚੀਜ਼ ਨੂੰ ਵੀ ਬਾਰ ਬਾਰ ਜਿਹੜਾ ਹੁਣ ਦ੍ਰਿੜ ਕਰਵਾਇਆ ਜਾ ਰਿਹਾ ਜਿਵੇਂ ਪਵਿੱਤਰ ਗ੍ਰੰਥਾਂ ਚੋਂ ਗੁਰੂ ਸਾਹਿਬਾਂ ਨੇ ਤਾਂ ਜੇਕਰ ਉਸ ਵੇਲੇ ਚੇਚਕੇ ਦੀ ਪ੍ਰੋਬਲਮ ਆਈ ਸੀ ਚੇਚਕੇ ਦੇ ਉੱਤੇ ਵੀ ਆਪਣਾ ਜੀਵਨ ਲਗਾ ਦਿੱਤਾ ਚੇਚਕੇ ਦੇ ਰੋਗੀਆਂ ਨੂੰ ਬਚਾਉਣ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਸਰਵੰਸ ਲਗਾ ਦਿੱਤੇ ਪਰ ਅੱਜ ਇਹਨਾਂ ਚੀਜ਼ਾਂ ਨੂੰ
ਅਸੀਂ ਭੁੱਲ ਚੁੱਕੇ ਹਾਂ ਗੁਰੂ ਹਰਿਰਾਏ ਪਾਤਸ਼ਾਹ ਦੇ ਬਹੁਤ ਵੱਡੇ ਦਵਾਖਾਨੇ ਸੀ ਜਿਹਦੇ ਵਿੱਚ ਰਾਜਿਆਂ ਦੇ ਪਰਿਵਾਰ ਵੀ ਦਵਾਈਆਂ ਲੈ ਕੇ ਠੀਕ ਹੋਏ ਆ ਸ਼ਾਹਜਹਾਂ ਦਾ ਬੇਟਾ ਦਾਰਸ਼ਕੋ ਪਰ ਅੱਜ ਸਾਡੇ ਦੇਸ਼ ਦਾ ਰਾਜਾ ਦਾ ਇਲਾਜ ਕਰਵਾ ਸਕਦਾ ਹੈ ਪਰ ਜਿਹੜੀ ਪਰਜਾ ਹੈ ਜਿਹੜੇ ਸਾਡੇ ਅੱਜ ਸਿਟੀਜ਼ਨ ਹੈ ਜਿਹੜੇ ਸਾਡੇ ਅੱਜ ਦੇਸ਼ ਦੇ ਨਾਗਰਿਕ ਹੈ ਉਹਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਨਾਲ ਮੈਂ ਬਾਰ ਬਾਰ ਬੇਨਤੀ ਕਰਦਾ ਹੁੰਦਾ ਵੀ ਅਟੈਕ ਦੌਰਾਨ ਓਪੀਡੀ ਤੇ ਖੁੱਲ੍ਹਣੀਆਂ ਚਾਹੀਦੀਆਂ ਸੀ ਨਵੇਂ ਦਰਵਾਜ਼ੇ ਖੁੱਲ੍ਹਣੇ ਚਾਹੀਦੇ ਸੀ ਪਹਿਲੇ ਵੀ ਬੰਦ ਕਰ ਦਿੱਤੇ ਅਸੀਂ ਤੇ ਨਾਗਰਿਕ ਇਸ ਦੇ ਸਾਰੇ ਛੱਡ ਦਿੱਤੇ ਐਂਡ ਸ਼ਮਸ਼ੇਰ ਸਿੰਘ ਜੀ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗੀ ਤੁਸੀਂ ਰਾਜਿਆਂ ਤੇ ਪ੍ਰਜਾ ਦੀ ਗੱਲ ਕੀਤੀ ਡੈਮੋਕਰੇਸੀ ਹੈ ਇੰਡੀਆ ਉੱਥੇ ਦੀ ਸਰਕਾਰ ਦ ਗਵਰਨਮੈਂਟ ਇਜ਼ ਅ ਪਬਲਿਕ ਸਰਵੈਂਟ ਬਟ ਅਨਫੋਰਚੁਨੇਟਲੀ ਉਹ ਚੀਜ਼ ਖਾਸ ਕਰ ਜਿੱਥੇ ਹੈਲਥ ਕੇਅਰ ਜਿੱਥੇ ਜੋ ਮਾਮੂਲੀ ਬਜ਼ੁਰਗ ਡਿਸੇਬਲਡ ਨਾਗਰਿਕ ਹਨ ਸੁਸਾਇਟੀ ਦੇ ਮੈਂਬਰਸ ਹਨ ਉਹਨਾਂ 'ਤੇ ਬਿਲਕੁਲ ਲਾਗੂ ਨਹੀਂ ਹੁੰਦੀ ਇਸ ਵੇਲੇ ਇਨ ਐਨੀ ਕੇਸ ਮੈਂ ਇੱਕ ਵਾਰੀ ਫਿਰ ਵਿਊਅਰਸ ਨੂੰ ਰਿਮਾਈਂਡ ਕਰਾਉਣਾ ਚਾਹਾਂਗੀ ਸਕਰੀਨ 'ਤੇ ਲਿਖੇ ਹੋਏ ਨੰਬਰਸ ਤੁਸੀਂ ਨਾ ਕਿ ਸਿਰਫ ਨੋਟ ਕਰੋ ਹੁਣੇ ਕਾਲ ਕਰੋ ਖਾਸ ਕਰਕੇ ਯੂ ਐੱਸ ਏ ਵਾਲਾ ਨੰਬਰ ਜੋ ਲਿਖਿਆ ਹੋਇਆ 9164327006 ਇੱਥੇ ਸਾਡੀ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਟਾਈਮ ਆ ਗਿਆ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਜੁੜੇ ਹਨ ਤੁਸੀਂ ਵੀ ਇਸ ਤਰ੍ਹਾਂ ਬਣੇ ਰਹੋ ਸਾਡੇ ਨਾਲ ਲਾਈਵ ਪ੍ਰੋਗਰਾਮ ਪੇਸ਼ ਕਰਦੇ ਰਹਾਂਗੇ ਬ੍ਰੇਕ ਤੋਂ ਉਸ ਪਾਰ ਇੱਕ ਵਾਰੀ ਫਿਰ ਬ੍ਰੇਕ ਤੋਂ ਬਾਅਦ ਹਾਜ਼ਰ ਹੋਏ ਹਾਂ ਸਾਡੇ ਨਾਲ ਜੁੜੇ ਹਨ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰਾ ਦੇ ਫਾਊਂਡਰ ਪ੍ਰੈਜ਼ੀਡੈਂਟ ਸੰਸਥਾ ਜੋ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਜੋ ਆਪਣੀ ਦੇਖਭਾਲ ਖੁਦ ਨਹੀਂ ਕਰ ਸਕਦੇ ਅਤੇ ਉਹਨਾਂ ਦਾ ਕੋਈ ਹੋਰ ਨਹੀਂ ਹੈਗਾ ਸ਼ਮਸ਼ੇਰ ਸਿੰਘ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਮੈਂ ਚਾਹਾਂਗੀ ਤੁਸੀਂ ਇੱਥੇ ਸਾਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਕੁ ਰਿਲਾਇੰਟ ਹੈਗੇ ਕਿੰਨਾ ਕੁ ਤੁਸੀਂ ਡਿਪੈਂਡ ਕਰਦੇ ਹੋ ਲੋਕਾਂ ਦੀ ਸਪੋਰਟ 'ਤੇ ਤਾਂ ਕਿ ਤੁਹਾਡਾ ਡੇ ਟੂ ਡੇ ਕੰਮ ਨਾ ਰੁਕੇ ਬਿਕੋਜ਼ ਮੈਂ ਇੱਕ ਵਾਰੀ ਫਿਰ ਲੋਕਾਂ ਦੇ ਦਿਮਾਗ 'ਚੋਂ ਗੱਲ ਐਮਫਸਾਈਜ਼ ਕਰਨਾ ਚਾਹੁੰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਪੂਰਾ ਕੰਟਰੀ ਇਸ ਵੇਲੇ ਸਟਰਗਲ ਕਰ ਰਿਹਾ ਹੈ ਜੋ ਇੱਥੇ ਆਪਣੇ ਅਬਰੋਡ ਬੈਠੇ ਡਾਇਸਪੋਰਾ ਬੈਠੇ ਭਾਵੇਂ ਯੂ ਐੱਸ ਯੂ ਕੇ ਕੈਨੇਡਾ ਆਸਟ੍ਰੇਲੀਆ ਸਾਡੇ ਕੋਲ ਤਾਂ ਫਿਰ ਵੀ ਸਹੂਲਤਾਂ ਹੈਗੀਆਂ ਸਾਡੇ ਕੋਲ ਹੈਲਥ ਕੇਅਰ ਸਿਸਟਮ ਹੈ ਰੀਸੋਰਸਿਸ ਹੈ ਨੌਕਰੀਆਂ ਹੈਗੀਆਂ ਗਵਰਨਮੈਂਟ ਦੀ ਫਾਈਨੈਂਸ਼ੀਅਲ ਸਪੋਰਟ ਹੈਗੀ ਤੁਹਾਡੇ ਕੋਲ ਇਸ ਵੇਲੇ ਕਿੰਨੀ ਕੁ ਜ਼ਰੂਰੀ ਹੈ ਸਪੋਰਟ ਅਬਰੋਡ ਤੋਂ ਆਉਣੀ ਕਿਸ ਤਰ੍ਹਾਂ ਦੀ ਕ੍ਰਿਟੀਕਲ ਫਾਈਨੈਂਸ਼ੀਅਲ ਸਿਚੁਏਸ਼ਨ ਵਿੱਚ ਤੁਸੀਂ ਲੰਘ ਰਹੇ ਹੋ ਇਹ ਸਵਾਲ ਤਾਂ ਤੁਸੀਂ ਪੁੱਛ ਲਿਆ ਮੈਨੂੰ ਤਾਂ ਸਵਾਲ ਇਹ ਪੁੱਛਿਆ ਵੀ ਬਹੁਤ ਘੱਟ ਜਾਂਦਾ ਹੈਗਾ ਤੇ ਥੈਂਕ ਯੂ ਜੇਕਰ ਇਹ ਰਿਐਲਿਟੀ ਸੱਚਾਈ ਇਹ ਹੈ ਵੀ ਸਾਡਾ ਉੱਥੇ ਮੰਥਲੀ ਖਰਚਾ 50 ਲੱਖ ਤੋਂ ਉੱਪਰ ਹੈਗਾ ਜੀ ਤੇ ਇਹ ਸਾਰਾ ਕੁਛ ਮਤਲਬ ਔਨਲਾਈਨ ਪਿਆ ਹੈਗਾ ਇਸਦੇ ਆਡਿਟ ਹੁੰਦੇ ਹੈ ਜਿਹੜੀ ਵੀ ਸੇਵਾ ਸਾਡੇ ਕੋਲ ਜਿੱਥੋਂ ਵੀ ਪਹੁੰਚਦੀ ਹੈ ਲਾਈਕ ਉਹਦਾ ਪ੍ਰੋਪਰ ਜਿਹੜਾ ਆਡਿਟ ਹੁੰਦਾ ਹੈ ਤੇ ਉਹ ਸਾਡੀ ਵੈਬਸਾਈਟ ਦੇ ਉੱਤੇ ਪਈ ਹੁੰਦੀ ਹੈ 3 ਮਹੀਨੇ ਬਾਅਦ ਆਡਿਟ ਹੁੰਦਾ ਜਿਹੜਾ ਸਾਨੂੰ ਇਸ ਮਿਸ਼ਨ ਦੇ ਵਿੱਚ ਕੰਟਰੀਬਿਊਟ ਕਰਦਾ ਅਬਰੋਡ ਤੋਂ ਤੇ ਜਿਹੜਾ ਸਾਲ ਬਾਅਦ ਆਡਿਟ ਹੁੰਦਾ ਹੈਗਾ ਸਾਡਾ ਜਿਹੜਾ ਇੰਡੀਆ ਦੇ ਵਿੱਚੋਂ ਸਾਨੂੰ ਕੋਈ ਵੀ ਸੱਜਣ ਸਾਡੇ ਤਾਂ ਬਹੁਤ ਸਤਿਕਾਰਯੋਗ ਸਾਰੇ ਹੀ ਜਿਹੜਾ 3-ਵੀਲਰ ਚਲਾਉਂਦਾ ਰਿਕਸ਼ਾ ਚਲਾਉਂਦਾ ਜਦੋਂ ਉਹ ਆਪਣੇ ਪੈਸੇ ਪਾ ਕੇ ਜਾਂਦਾ ਸਾਡੇ ਕੋਲ ਉੱਥੇ ਸਾਡਾ ਸਿਰ ਝੁਕ ਜਾਂਦਾ ਹੈ ਵੀ ਕਿੱਡਾ ਵੱਡਾ ਰਾਜਾ ਤੇ ਅਸਲ 'ਚ ਇਹ ਹੈਗਾ ਜਿਹੜਾ ਕਿ ਆਪਣੇ ਪਰਿਵਾਰ ਨੂੰ ਵੀ ਕਿੱਦਾਂ ਚਲਾ ਰਿਹਾ ਤੇ ਸਾਡੇ ਸਾਥੀ ਜਿਹੜੇ ਸਾਡੇ ਫੈਲੋ ਬੀਂਗ ਹੈਗੇ ਆ ਜਿਹੜੇ ਅੱਜ ਬੇਬਸ ਤੇ ਲਾਚਾਰ ਹੋ ਗਏ ਆ ਉਹਨਾਂ ਦੀ ਰੀਹੈਬਿਲੀਟੇਸ਼ਨ ਲਈ ਕਿੱਡਾ ਵੱਡਾ ਯੋਗਦਾਨ ਪਾ ਰਿਹਾ ਅੱਜ ਦੀ ਡੇਟ ਦੇ ਵਿੱਚ ਸਾਡੇ ਹਾਲਾਤ ਹੈ ਕਿ ਅਸੀਂ 15 ਦਿਨ ਦਾ ਆਪਣਾ ਰੂਟੀਨ ਦਾ ਖਰਚਾ ਸਾਡੇ ਕੋਲ ਜੇ ਆਪਾਂ ਅਸੀਂ ਉੱਦਾਂ ਕੈਲਕੂਲੇਟ ਕਰੀਏ ਉਹ ਨਹੀਂ ਹੈਗਾ ਮਹੀਨਾ ਕਿੱਦਾਂ ਨਿਕਲੇਗਾ ਉਹ ਬਾਅਦ ਦੀ ਗੱਲ ਹੈ ਪਰ ਉਸਦੇ ਨਾਲ ਨਾਲ ਜਿਹੜਾ ਇਹ ਸਾਰਾ ਸਿਸਟਮ ਜਿਹੜਾ ਇਨਫਰਾਸਟ੍ਰਕਚਰ ਕ੍ਰੀਏਟ ਕਰ ਰਹੇ ਹੈਗੇ ਆ ਉਹ 'ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਪੇਮੈਂਟਾਂ ਕੁਛ ਲੇਟ ਹੋ ਜਾਂਦੀਆਂ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਸਲੂਟ ਕਰਦੇ ਹਾਂ ਉਹਨਾਂ ਸਾਡੇ ਜਿਹੜੇ ਸਾਡੇ ਕਹਿ ਲਓ ਵੀ ਸਾਨੂੰ ਸਪਲਾਈ ਸਮਾਨ ਵੀ ਦਿੰਦੇ ਹਾਂ ਕਿ ਸਾਡੇ 'ਤੇ ਬੜਾ ਵਿਸ਼ਵਾਸ ਕਰਦੇ ਹਾਂ ਅਤੇ ਜਿਹੜਾ ਹੋਸਪਿਟਲ ਵਾਲੀ ਬਿਲਡਿੰਗ ਹੈ ਇਹਦਾ ਵੀ ਅਸੀਂ ਜਿਹੜਾ ਪੈਸਾ ਹੈ ਉਹ ਕਰੋੜਾਂ ਵਿੱਚ ਹੀ ਦੇਣਾ ਹੈਗਾ ਅਤੇ ਪਰ ਸਾਡੇ 'ਤੇ ਅਸੀਂ ਬਹੁਤ ਥੈਂਕਫੁਲ ਹੈਗੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪਰਮਾਤਮਾ ਹੋਰ ਸ਼ਕਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜਿਹੜੇ ਸਾਡੇ 'ਤੇ ਇੰਨਾ ਵਿਸ਼ਵਾਸ ਕਰਦੇ ਹਾਂ ਅਤੇ ਕੋਈ ਸ਼ੱਕ ਨਹੀਂ ਇਹ ਟੋਟਲੀ ਡਿਪੈਂਡ ਜਿਹੜੀ ਹੈਗੀ ਹੈ ਸੰਸਥਾ ਇਹ ਉਸ ਮਾਲਕ ਦੇ ਅਤੇ ਉਹਦੇ ਬਣਾਏ ਹੋਏ ਬੰਦੇ ਜਿਹਨਾਂ ਨੂੰ ਉਹਦੇ ਬੰਦਿਆਂ ਦਾ ਸਮਾਜ ਦਾ ਬਹੁਤ ਵੱਡਾ ਦਰਦ ਹੈਗਾ ਜਿਹਨਾਂ ਦੇ ਹਿਰਦੇ ਵਿੱਚ ਟੋਟਲੀ ਉਹਨਾਂ ਦੇ ਉੱਤੇ ਹੀ ਇਹ ਨਿਰਭਰ ਕਰਦੀ ਹੈ ਅਤੇ ਇਸ ਦੇ ਨਾਲ ਹੀ ਸਾਰਾ ਜਿਹੜਾ ਮਤਲਬ ਡੇਲੀ ਦੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਾਲਾਤ ਜਿਹੜੇ ਬਣੇ ਹੋਏ ਹੈ ਉਹਨਾਂ ਦਾ ਵੀ ਸਾਨੂੰ ਜਿਵੇਂ ਕਹਿ ਲਓ ਹੁਣ ਕਣਕ ਦਾ ਹੈਗਾ ਸਾਨੂੰ ਇੰਡੀਆ 'ਚੋਂ ਕਣਕ ਦਾ ਸਹਿਯੋਗ ਆ ਜਾਂਦਾ
ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਦਾ ਉਹਨਾਂ ਦਾ ਵੀ ਸਹਿਯੋਗ ਆ ਜਾਂਦਾ ਪਰ ਵੱਡਾ ਖਰਚਾ ਜਿਹੜਾ ਹੈਗਾ ਜਿਵੇਂ ਆਪਾਂ ਹੁਣ ਗੱਲ ਕਰਦੇ ਸੀ ਹਸਪੀਟਲ ਦੀ ਇਹ ਪਹਿਲਾ ਫੇਸ ਸਾਡਾ ਇਹ ਸਾਡੇ ਡਾਕਟਰੀ ਬੈਠੇ ਸਾਰੇ ਜਿਹਦੇ ਵਿੱਚ ਐਮਡੀ ਮੈਡੀਸਨ ਦੇ ਸਾਡੇ ਸਾਈਕੈਟ੍ਰਿਸਟ ਸਾਡੇ ਆਈ ਸਪੈਸ਼ਲਿਸਟ ਸਾਡੇ ਹੋਰ ਜਿਹੜਾ ਸਾਡੇ ਡਾਕਟਰਾਂ ਨੂੰ ਤੇ ਇਹ ਬੜੀ ਲਾਈਕ ਇਹਦੇ ਵਿੱਚ ਬੜੀ ਕੱਲ ਵੀ ਸਾਡੀ ਗੱਲ ਚੱਲ ਰਹੀ ਸੀ ਕਹਿੰਦੇ ਜੀ ਸਾਨੂੰ ਜਿਸ ਵੇਲੇ ਮਰਜ਼ੀ ਅੱਧੀ ਰਾਤ ਕੋਈ ਅਦਰਵਾਈਜ਼ ਤਾਂ ਕੋਈ 1000-1000 ਰੁਪਏ ਲੈ ਕੇ ਸਪੈਸ਼ਲਿਸਟ ਹੈ ਸੁਪਰ ਸਪੈਸ਼ਲਿਸਟ ਹੈ ਉਹ ਗੱਲ ਕਰਦੇ ਹੈ ਤੇ ਸਾਡੇ ਨਾਲ ਕਹਿੰਦੇ ਜਦੋਂ ਮਰਜ਼ੀ ਸਾਡੇ ਜਿਹੜੇ ਸੰਸਥਾ ਨਾਲ ਜੁੜੇ ਹੋਏ ਡਾਕਟਰ ਹੈ ਵੀ ਕਦੀ ਵੀ ਤੁਹਾਡੇ ਕੋਲ ਕੋਈ ਵੀ ਨਾਗਰਿਕ ਅਪਰੋਚ ਕਰਦਾ ਵੀ ਅਸੀਂ ਔਨ ਕਾਲ ਤਾਂ ਹਰ ਵੇਲੇ ਹੀ ਹਾਜ਼ਰ ਹੈ ਵੀ ਅਸੀਂ ਉਸੇ ਵੇਲੇ ਦੱਸ ਦਾਂਗੇ ਸਿੰਪਟਮ ਦੇ ਆਧਾਰ ਤੇ ਵੀ ਤੁਸੀਂ ਇਹ ਚੀਜ਼ ਲੈਣੀ ਹੈ ਤੇ ਇਹ ਚੀਜ਼ ਅਵਾਇਡ ਕਰਨੀ ਹੈ ਤੇ ਉੱਥੇ ਤਾਂ ਡੇਲੀ ਆ ਕੇ ਸਾਡੀ ਲੈਬ ਜਿਹੜੀ ਹੈਗੀ ਐਕਸ-ਰੇ ਮਸ਼ੀਨ ਮੈਡੀਸਨ ਜਿਹੜੀ ਹੈਗੀ ਹੈ ਸਾਰਾ ਕੁਝ ਉਹਨਾਂ ਬੇਵਸ ਤੇ ਲਾਚਾਰ ਨਾਗਰਿਕ ਤੇ ਜਿਨ੍ਹਾਂ ਦੀ ਪਹੁੰਚ ਤੋਂ ਪਰੇ ਚਲੇ ਗਿਆ ਇਲਾਜ ਤੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਜ਼ਿੰਦਗੀ ਬਚਾਉਣ ਦੇ ਲਈ ਅਸੀਂ ਯਤਨਸ਼ੀਲ ਹਾਂ ਤੇ ਜਿਹੜੇ ਇਨਸਾਨ ਸ੍ਰੇਣੀਆਂ ਦੀ ਲੁੱਟ-ਖਸੁੱਟ ਵੱਡੇ ਪੱਧਰ ਤੇ ਮੈਡੀਕਲ ਦੇ ਨਾਂ ਤੇ ਹੋ ਰਹੀ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਬਲੈਕ ਚੱਲ ਰਹੀ ਹੈ ਮੈਂ ਤੁਹਾਡੇ ਥਰੂ ਫੇਰ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਸਿੰਪਲ ਚੀਜ਼ਾਂ ਜਿਵੇਂ ਆਕਸੀਜਨ ਦਾ ਇੱਕ ਵੱਡੀ ਆ ਗਈ ਵੀ ਆਕਸੀਜਨ ਦੇ ਵਿੱਚ ਬਲੈਕ ਜਿਹੜੀ ਹੋ ਰਹੀ ਹੈ ਇੱਕ ਸਿੰਪਲ ਗਲਵਜ਼ ਸਾਨੂੰ ਜਿਵੇਂ ਬਹੁਤ ਚਾਹੀਦੇ ਹੁੰਦੇ ਆ ਕੱਲ੍ਹ ਵੀ ਗੱਲ ਚੱਲ ਰਹੀ ਸੀ ਵੀ ਇੰਨੇ ਜ਼ਿਆਦਾ ਕੋਸਟਲੀ ਤੇ ਵੀ ਸਰਕਾਰ ਜਿਹੜੀ ਹੈਗੀ ਉਹਦੀ ਬਹੁਤ ਵੱਡੀ ਸੰਵਿਧਾਨਿਕ ਡਿਊਟੀ ਬਣਦੀ ਹੈ ਕਿ ਜਿਹੜੀ ਚੀਜ਼ ਉਹ ਮਤਲਬ ਸਾਡੇ ਸਮਾਜ ਦੇ ਵਿੱਚ ਸਾਨੂੰ ਕੱਲ੍ਹ ਇੰਨੀ ਸਸਤੀ ਮਿਲਦੀ ਸੀ ਬਹੁਤ ਹੀ ਇੱਕ ਰੀਜ਼ਨੇਬਲ ਰੇਟ ਤੇ ਮਿਲਦੀ ਸੀ ਅੱਜ ਸਾਨੂੰ ਉਹ ਡਬਲ ਤੇ ਵੀ ਟ੍ਰਿਪਲ ਟ੍ਰਿਪਲ ਕੋਸਟ ਤੇ ਨਹੀਂ ਮਿਲ ਰਹੀ ਵੀ ਇਸ ਮਹਾਮਾਰੀ ਦੀ ਘੜੀ ਦੇ ਵਿੱਚ ਨਾਗਰਿਕ ਦੀ ਜਿਹੜੀ ਲੁੱਟ ਖਸੁੱਟ ਹੈ ਉਹ ਕਿਉਂ ਕੀਤੀ ਜਾ ਰਹੀ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਤੇ ਜੇ ਸਰਕਾਰ ਨਹੀਂ ਕੰਟਰੋਲ ਕਰੇਗੀ ਹੋਰ ਕੌਣ ਕਰੇਗਾ ਜੀ ਬਿਲਕੁਲ ਇੱਕ ਪਾਸੇ ਵਾਸਤੇ ਲਾਚਾਰ ਹੋ ਗਏ ਉਧਰ ਉਹਨਾਂ ਨੂੰ ਵਿਚਾਰਿਆਂ ਨੂੰ ਬਿਜਲੀ ਦੇ ਬਿੱਲ ਕਿਦਾਂ ਦੇਣ ਬੱਚਿਆਂ ਦੀ ਫੀਸਾਂ ਦਾ ਤਾਂ ਬਹੁਤ ਬੁਰੀ ਹਾਲਤ ਹੈ ਕਈਆਂ ਨੇ ਕਿਸ਼ਤਾਂ ਦੇਣੀਆਂ ਸੀ ਮਕਾਨ ਦੀਆਂ ਕੋਈ ਮਕਾਨ ਬਣਾਇਆ ਉਹ ਕਿੱਥੋਂ ਦੇਵੇ ਮਤਲਬ ਜਦੋਂ ਵੀ ਉਹਨਾਂ ਦੇ ਦਰਦ ਭਰੀਆਂ ਕਹਾਣੀਆਂ ਸੁਣਦੇ ਆਂ ਐਦਾਂ ਲੱਗਦਾ ਕਿ ਹਨੇਰਾ ਹੀ ਹਨੇਰਾ ਛਾਇਆ ਹੋਇਆ ਆਸ ਦੀ ਕਿਰਨ ਉਹਨਾਂ ਨੂੰ ਨਹੀਂ ਦਿਖ ਰਹੀ ਤੇ ਮੈਂ ਬੇਨਤੀ ਕਰਦਾ ਸਾਡਾ ਦੇਸ਼ ਹੈ ਤੇ ਸਾਡੇ ਦੇਸ਼ ਦਾ ਨਾਗਰਿਕ ਆਪਣੇ ਦੇਸ਼ 'ਚ ਲਿਬਾਸ ਨਹੀਂ ਹੋਣਾ ਚਾਹੀਦਾ ਉਹਨਾਂ ਲਈ ਦਰਵਾਜ਼ੇ ਇਸ ਮਹਾਮਾਰੀ ਦੀ ਘੜੀ 'ਚ ਹੋਰ ਖੁੱਲ੍ਹਣੇ ਚਾਹੀਦੇ ਆ ਨਾ ਕਿ ਪਹਿਲੇ ਦਰਵਾਜ਼ੇ ਵੀ ਬੰਦ ਹੋਣੇ ਚਾਹੀਦੇ ਆ ਜੇ ਡਾਕਟਰ ਓਪੀਡੀ ਦੇ ਵਿੱਚ ਉਹਨਾਂ ਨੂੰ ਨਹੀਂ ਦੇਖਣਗੇ ਓਪੀਡੀਸ ਵੀ ਬੰਦ ਹੋਣ ਲੱਗ ਗਈਆਂ ਤੇ ਉਹ ਨਾਗਰਿਕ ਕਿਸ ਦੇ ਹਵਾਲੇ ਛੱਡ ਦਿੱਤੇ ਗਏ ਅਸੀਂ ਬਾਰ ਬਾਰ ਹੀ ਬੇਨਤੀ ਕਰਦੇ ਤੇ ਇਹਦੇ ਲਈ ਯਤਨਸ਼ੀਲ ਆ ਕੋਸ਼ਿਸ਼ ਕਰਦੇ ਆ ਪਰ ਡਿਪੈਂਡ ਤਾਂ ਅਸੀਂ ਕਰਦੇ ਆ ਜਿਹਨਾਂ ਤੱਕ ਆਵਾਜ਼ ਪਹੁੰਚ ਰਹੀ ਹੈ ਔਰ ਸਾਡੇ ਦੇਸ਼ ਦਾ ਤੇ ਵਿਦੇਸ਼ਾਂ 'ਚ ਬੈਠਾ ਨਾਗਰਿਕ ਟੋਟਲੀ ਉਹਨਾਂ ਤੇ ਡਿਪੈਂਡ ਕਰਦੇ ਆ थैंक यू सो मच शमशेर सिंह जी फाउंडर प्रेजिडेंट प्रभ आसरा संस्था दे जो डिसेबल्ड बुजुर्ग जिन्होंने मानसिक कोई भी तकलीफ हैगी उन्होंने तुसी सहूलत प्रोवाइड कर दे हो उन्होंने तुसी हस्पताल दे विच वख-वख सेवावां प्रोवाइड कर दे हो ते खास करके अज दी डेट दे विच जिथे कोविड नूं लैके वड्डे वड्डे हॉस्पिटल बंद हो रहे हैं तुसी हॉस्पिटल खोल रहे हो ते ये कोई भी काम सहयोग दे बिना नहीं हो सकता ਸਾਡੀ ਜੋ ਵਿਊਅਰਸ਼ਿਪ ਹੈਗੀ ਉਹਨਾਂ ਦੀ ਸਪੋਰਟ ਦੇ ਬਿਨਾਂ ਨਹੀਂ ਹੋ ਸਕਦਾ ਇੱਕ ਵਾਰੀ ਫਿਰ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੀ ਓਬਲੀਗੇਸ਼ਨ ਬਣਦੀ ਹੈ ਕਿ ਦਸਵੰਤ ਕੱਢੋ USA ਦਾ ਨੰਬਰ ਲਿਖਿਆ ਹੋਇਆ 9164327006 ਅਤੇ ਇੰਡੀਆ ਦੇ ਵੀ ਦੋ ਨੰਬਰਸ ਹਨ ਸ਼ਮਸ਼ੇਰ ਸਿੰਘ ਜੀ ਦਾ ਵੀ ਨੰਬਰ ਹੈਗਾ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕਨੈਕਟ ਕਰੋ ਹੁਣੇ ਹੀ ਕਾਲ ਕਰੋ ਅਤੇ ਆਪਣਾ ਦਸਵੰਤ ਕੱਢੋ ਇੱਕ ਵਾਰੀ ਫਿਰ ਮੈਂ ਕਹਿ ਰਹੀ ਹਾਂ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ ਬੈਂਕ ਅਕਾਊਂਟ ਵਿੱਚ ਪੈਸੇ ਹੈਗੇ ਉੱਥੇ ਕੀ ਹਾਲਾਤ ਹਨ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਕੋਈ ਵੀ ਅਮਾਊਂਟ ਬਹੁਤ ਫਰਕ ਲੈ ਕੇ ਆ ਸਕਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਤੇ ਇਸ ਸੰਸਥਾ ਲਈ ਇੱਕ ਵਾਰੀ ਫਿਰ ਸ਼ਮਸ਼ੇਰ ਸਿੰਘ ਜੀ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਐਂਡ ਤੁਹਾਡੀ ਇਸ ਇੰਨੀ ਵੱਡੀ ਸੇਵਾ ਲਈ ਅਤੇ ਥੈਂਕ ਯੂ ਤਾਂ ਮਤਲਬ ਮਾਮੂਲੀ ਜਿਹਾ ਸ਼ਬਦ ਹੀ ਹੈਗਾ ਬਟ ਥੈਂਕ ਯੂ ਸੋ ਮੱਚ ਜੋ ਤੁਸੀਂ ਕੰਮ ਕਰ ਰਹੇ ਹੋ ਜ਼ਰੂਰ ਸਾਡੇ ਨਾਲ ਆ ਕੇ ਫਿਰ ਜੁੜੋ ਬਟ ਫੋਰ ਦਾ ਰੈਸਟ ਆਫ ਦਾ ਡੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਵਿਊਅਰਸ ਨੂੰ ਜਾਂਦਿਆਂ ਦੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਨੂੰ ਲੈ ਕੇ ਪ੍ਰਭ ਆਸਰਾ ਸੰਸਥਾ ਬਾਰੇ ਤੁਸੀਂ ਸਾਡੇ ਨਾਲ ਕੋਈ ਕੁਐਸਚਨਸ ਕਮੈਂਟਸ ਕੰਸਰਨਸ ਰੱਖਣਾ ਚਾਹੁੰਦੇ ਤੁਸੀਂ ਸਾਡੇ ਨਾਲ ਵੀ ਕਨੈਕਟ ਕਰ ਸਕਦੇ ਹੋ info@justbroadcasting.com ashmita@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ